ਤੁਸੀਂ ਦੇਖ ਰਹੇ ਹੋ ਸੀਨ ਅਨਸੀਨ ਤੇ ਅੱਜ ਮੇਰੇ ਨਾਲ ਜੋ ਗੈਸਟ ਮੌਜੂਦ ਨੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਡਾਇਰੈਕਟ ਕੀਤੀਆਂ ਨੇ ਅਤੇ ਉਹਨਾਂ ਨੂੰ ਅਸੀਂ ਨਾ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਹਾਂ ਕਿ ਆਪਣਾ ਨਾਮ ਜੋ ਹੈ ਕਮਾ ਰਹੇ ਨੇ ਤੇ ਹੋ ਸਕਦਾ ਹੈ ਵੀ ਅੱਗੇ ਜਾ ਕੇ ਉਹ ਸਾਡੀ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਹੀ ਵੱਡਾ ਨਾਮ ਬਣ ਜਾਣਗੇ ਸੋ ਮੈਂ ਵੈਲਕਮ ਕਰਦੀ ਹਾਂ ਜ਼ੋਰਾਵਰ ਬਰਾੜ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਥੋੜਾ ਜਿਹਾ ਮੈਂ ਨਰਵਸ ਹਾਂ ਕਿਉਂਕਿ ਮੈਂ ਫਸਟ ਟਾਈਮ ਇੰਟਰਵਿਊ ਹੈ ਮੇਰਾ ਸੋ ਕਦੇ ਇੰਟਰਵਿਊ ਦਿੱਤਾ ਨਹੀਂ ਥੋੜਾ ਨਰਵਸ ਹਾਂ ਮੈਂ ਕੋਈ ਚੱਕਰ ਨਹੀਂ ਹੈ ਨਰਵਸ ਕੀ ਹੁਣ ਕੋਈ ਚੱਕਰ ਨਹੀਂ ਹੈਗਾ ਅੱਗੇ ਤਾਂ ਪਤਾ ਨਹੀਂ ਕਿੰਨੇ ਦੋਗੇ ਇੱਥੋਂ ਸ਼ੁਰੂਆਤ ਹੋ ਗਈ ਹਨਾ ਕਿੱਥੋਂ ਤਾਂ ਸ਼ੁਰੂਆਤ ਹੁੰਦੀ ਹੈ ਤੇ ਇੱਥੋਂ ਹੋ ਗਈ ਬਿਲਕੁਲ ਤੇ ਆਪਾਂ ਨੇ ਜਦੋਂ ਤੁਹਾਡੇ ਇੰਸਟਾਗ੍ਰam ਖੋਲਿਆ ਤੇ ਜ਼ੋਰਾਵਰ ਬਰਾੜ ਦੇ ਨਾਲ ਤੁਸੀਂ ਬ੍ਰੈਕਟ ਦੇ ਵਿੱਚ ਸੱਜਣ ਲਿਖਿਆ ਹੋਇਆ ਸੋ ਉਹਦਾ ਮਤਲਬ ਕੀ ਹੈ ਮੇਰਾ ਐਕਚੁਅਲੀ ਜੀ ਜਿਹੜਾ ਜ਼ੋਰਾਵਰ ਬਰਾੜ ਸੀਗਾ ਨਾਮ ਹੈਗਾ ਜ਼ੋਰਾਵਰ ਇਹ ਮੇਰੇ ਮਦਰ ਤੇ ਮੇਰੇ ਨਾਨੀ ਨੇ ਮੇਰਾ ਨਾਮ ਰੱਖਿਆ ਸੀਗਾ ਅੱਛਾ ਮੈਨੂੰ ਇਹ ਸ਼ੁਰੂ ਤੋਂ ਹੀ ਬੜਾ ਪਸੰਦ ਸੀਗਾ ਜਿਹੜਾ ਮੇਰਾ ਰੀਅਲ ਨੇਮ ਹੈ ਉਹ ਹੈਗਾ ਜੀ ਸਾਜਨਪ੍ਰੀਤ ਸਿੰਘ ਬਰਾੜ ਤੇ ਕਾਲਜ 'ਚ ਮੈਨੂੰ ਸਾਰੇ ਫਿਰ ਸੱਜਣ ਕਹਿੰਦੇ ਹੁੰਦੇ ਸੀਗੇ ਅਤੇ ਜ਼ੋਰਾਵਰ ਫਿਰ ਮੈਂ ਜਦੋਂ ਸਟਾਰਟ ਕੀਤਾ ਅਸਿਸਟ ਕਰਨ ਤੋਂ ਬਾਅਦ ਖੁਦ ਡਾਇਰੈਕਸ਼ਨ ਕਰਨੀ ਸ਼ੁਰੂ ਕੀਤੀ ਫਿਰ ਉਦੋਂ ਮੈਂ ਉਹੀ ਨਾਮ ਨਾਲ ਜੁੜਿਆ ਉਹਦੇ ਜ਼ੋਰਾਵਰ ਜੀ ਹਾਂਜੀ ਤੁਸੀਂ ਬਾਇਓ 'ਚ ਵੀ ਲਿਖਿਆ ਕਿ ਮਿਊਜ਼ਿਕ ਵੀਡੀਓ ਡਾਇਰੈਕਟਰ ਐਕਟਰ ਕਿਉਂ ਨਹੀਂ ਲਿਖਿਆ ਨਾਲ ਕਿਉਂਕਿ ਮੈਂ ਐਕਟਰ ਹੈ ਹੀ ਨਹੀਂ ਜੀ ਵਹਿਮ ਗਾਣਾ ਜਿਹੜਾ ਸ਼ਹਿਨਾਜ਼ ਕੌਰ ਗਿੱਲ ਦਾ ਸੀਗਾ ਉਹਦੇ 'ਚ ਤੁਹਾਡਾ ਲਿਖਿਆ ਹੋਇਆ ਥੱਲੇ ਕਿ ਐਕਟਰ ਜ਼ੋਰਾਵਰ ਬਰਾੜ ਉਹ ਇਦਾਂ ਸੀਗਾ ਜੀ ਉਦੋਂ ਮੈਂ ਅਸਿਸਟ ਕਰਦਾ ਹੁੰਦਾ ਸੀਗਾ ਕਾਫੀ ਡਾਇਰੈਕਟਰਸ ਦੇ ਨਾਲ ਮੈਂ ਵੱਖਰੇ ਵੱਖਰੇ ਡਾਇਰੈਕਟਰ ਨਾਲ ਅਸਿਸਟ ਕੀਤਾ ਕਿਉਂਕਿ ਸਾਰਿਆਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਸੀਗਾ ਤੇ ਉਹ ਜਿਹੜਾ ਡਾਇਰੈਕਟਰ ਸੀਗਾ ਜੀ ਉਸ ਗਾਣੇ ਦਾ ਮੁੰਡਾ ਆਰਿਸ਼ ਉਹਨੇ ਤੇ ਸ਼ਨਾਜ਼ ਨੇ ਫਿਰ ਦੋਨਾਂ ਨੇ ਮੈਨੂੰ ਕਿਹਾ ਕਿ ਤੂੰ ਆ ਜਾ ਮਤਲਬ ਐਜ਼ ਏ ਲੀਡ ਤੇ ਮੈਂ ਕਿਹਾ ਮੈਨੂੰ ਤਾਂ ਐਕਟਿੰਗ ਵੀ ਨਹੀਂ ਆਉਂਦੀ ਤੇ ਨਾਲੇ ਤੁਸੀਂ ਨੌਨ ਫੇਸ ਕੋਈ ਲੈ ਸਕਦੇ ਹੋ ਕਿ ਮੈਂ ਤਾਂ ਹਜੇ ਬਿਲਕੁਲ ਫਰੈਸ਼ਰ ਹਾਂ ਸੋ ਉਹ ਕਹਿੰਦੇ ਨਹੀਂ ਨਹੀਂ ਕੋਈ ਤਾਂ ਚੱਕਰ ਨਹੀਂ ਇੱਦਾਂ ਦਾ ਹੈਗਾ ਕਿ ਤੂੰ ਆ ਫਿਰ ਉਹ ਇੱਦਾਂ ਬਣਿਆ ਜੀ ਕੋਈ ਮਤਲਬ ਯਾਰੀ ਦੋਸਤੀ ਜੀ ਉਹ ਚੀਜ਼ ਇੱਕ ਨਿਕਲ ਕੇ ਆਈ ਬਸ ਕੋਈ ਇੱਦਾਂ ਨਹੀਂ ਸੀਗਾ ਕਿ ਮੈਂ ਪ੍ਰੋਫੈਸ਼ਨਲ ਐਕਟਰ ਸੀਗਾ ਜਾਂ ਕੁਛ ਨਹੀਂ ਮੇਰਾ ਇੱਕ ਡਾਇਰੈਕਸ਼ਨ ਦਾ ਹੀ ਮੇਰਾ ਮੈਨੂੰ ਸ਼ੌਂਕ ਹੈ ਸੋ ਮੈਂ ਇਹਦੇ 'ਚ ਹੀ ਬਹੁਤ ਵਧੀਆ ਕਰਨਾ ਚਾਹੁੰਦਾ ਕੋਈ ਐਕਟਰ ਦਾ ਹੈ ਨਹੀਂ ਗਾ ਮੇਰਾ ਬੇਸਿਕਲੀ ਪਰ ਤੁਸੀਂ ਅੱਗੇ ਕਰ ਸਕਦੇ ਹੋ ਜੇ ਇੱਥੇ ਹੋਇਆ ਜਿੱਦਾਂ ਕਹਿੰਦੇ ਨਾ ਸ਼ੁਰੂਆਤ ਹੁੰਦੀ ਹੈ ਇੱਕ ਜਗ੍ਹਾ ਸ਼ੁਰੂਆਤ ਹੋਈ ਅੱਗੇ ਜਾ ਕੇ ਤੁਸੀਂ ਹੋਰ ਵੀ ਕਰ ਸਕਦੇ ਹੋ ਵੈਸੇ ਤਾਂ ਮੈਨੂੰ ਇਹੀ ਹੈ ਜੀ ਕਿ ਮੇਰਾ ਡਾਇਰੈਕਸ਼ਨ 'ਚ ਹੀ ਜਾਣਾ ਕਿ ਮੈਂ ਹਾਂਜੀ ਮੈਨੂੰ ਇਹਦੇ 'ਚ ਹੀ ਆਪਦਾ ਬੈਸਟ ਦੇਣਾ ਓਕੇ ਹਾਂਜੀ ਮੈਂ ਡਾਇਰੈਕਸ਼ਨ ਹੀ ਕਰਨਾ ਚਾਹਣਾ ਜਦੋਂ ਅਸੀਂ ਵੀਡੀਓ ਡਾਇਰੈਕਟਰ ਦੀ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਸਾਡੇ 뮤직 ਇੰਨਾ ਜ਼ਿਆਦਾ ਹੈ ਇੰਨਾ ਜ਼ਿਆਦਾ ਸਾਡੇ ਇੱਥੇ Songs ਬਣਦੇ ਨੇ ਤੇ ਡਾਇਰੈਕਟਰ ਸਾਨੂੰ ਬਹੁਤ ਜ਼ਿਆਦਾ ਹੁਣ ਦੇਖਣ ਨੂੰ ਵੀ ਮਿਲ ਰਹੇ ਨੇ ਕਿ ਨਵਾਂ ਟੈਲੈਂਟ ਆ ਰਿਹਾ ਹੈ ਸੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦਾ ਹੀ ਕਿਉਂ ਡਿਸਾਈਡ ਕੀਤਾ ਸੀਗਾ ਇਹਦਾ ਮੇਰੇ ਕੋਲੇ ਬਸ ਮੈਨੂੰ ਇਹੀ ਸੀਗਾ ਜੀ ਮੈਂ ਮਤਲਬ ਕਿ ਕੁਝ ਕਰਨਾ ਹੈ ਹਨਾ ਕਿ ਮੈਂ ਬੈਸਟ ਕੀ ਕਰ ਸਕਦਾ ਮੈਨੂੰ ਐਂ ਲੱਗਦਾ ਸੀ ਯਾਰ ਮੈਂ ਡਾਇਰੈਕਸ਼ਨ ਵਧੀਆ ਕਰ ਸਕਦਾ ਫਿਰ ਮੈਂ ਜਦੋਂ ਅਸਿਸਟ ਕੀਤਾ ਦੇਖਿਆ ਇੱਕ ਦੋ ਸਾਲ ਮੈਂ ਜਾਂਦਾ ਰਿਹਾ ਫਿਰ ਮੈਨੂੰ ਉਦੋਂ ਬਾਅਦ ਮੈਂ ਸ਼ੁਰੂ ਜਦੋਂ ਕੀਤਾ ਬਸ ਮੈਨੂੰ ਇਹੀ ਸੀਗਾ ਕਿ ਡਾਇਰੈਕਸ਼ਨ ਕਰਨਾ ਕਿ ਯਾਰ ਵੀਡੀਓਜ਼ ਕਰਨੀਆਂ ਬਸ ਜੋ ਮਰਜ਼ੀ ਹੈ ਹੋਰ ਕੁਛ ਕਦੇ ਨਾ ਤਾਂ ਸੋਚਿਆ ਸੀਗਾ ਬਸ ਉਸੇ ਚੀਜ਼ ਨੂੰ ਲੈ ਕੇ ਹੁਣ ਅੱਗੇ ਅੱਗੇ ਸਟੈਪ ਬਾਈ ਸਟੈਪ ਵੱਧ ਰਹੇ ਹਾਂ ਜੀ ਪਰ ਅਸੀਂ ਬਚਪਨ ਤੋਂ ਕਦੇ ਕੁਝ ਹੋਰ ਸੋਚਦੇ ਹਾਂ ਕਿ ਨਹੀਂ ਆਪਾਂ ਤਾਂ ਉਹ ਬਣਾਂਗੇ ਇਹ ਬਣਾਂਗੇ ਜਿੱਦਾਂ ਆਪਾਂ ਸੋਚ ਲਿਆ ਆਪਾਂ ਤਾਂ ਕਮਰਸ ਰੱਖ ਲਾਂਗੇ ਸਾਇੰਸ ਰੱਖ ਲਾਂਗੇ ਸੋ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ 'ਚ ਇਹ ਟੈਲੈਂਟ ਹੈਗਾ ਹੈ ਕਿ ਨਹੀਂ ਮੈਂ ਮਿਊਜ਼ਿਕ ਵੀਡੀਓ ਡਾਇਰੈਕਟਰ ਹੀ ਬਣਾਂਗਾ ਮੈਨੂੰ ਐਵੇਂ ਕਹਾਂ ਬਹੁਤ ਲੇਟ ਜਾ ਕੇ ਪਤਾ ਲੱਗਿਆ ਸੀ ਮੈਨੂੰ ਕਾਲਜ 'ਚ ਇੱਦਾਂ ਹੋ ਗਿਆ ਸੀਗਾ ਕਿ ਯਾਰ ਮੈਂ ਡਾਇਰੈਕਸ਼ਨ ਕਰਨੀ ਹੈ ਕਿਉਂਕਿ ਹੈ ਨਾ ਮੈਂ ਦੇਖਦਾ ਸੀਗਾ ਕੁਛ ਮੇਰਾ ਸਰਕਲ ਉੱਦਾਂ ਦਾ ਸੀਗਾ ਸੋ ਮੈਨੂੰ ਐਨ ਹੁੰਦਾ ਸੀ ਯਾਰ ਕਿ ਮੈਂ ਵੀ ਕਰੂੰਗਾ ਕਿ ਨਾਲੇ ਬੈਸਟ ਕਰੂੰਗਾ ਕਿ ਮਤਲਬ ਨਾ ਆਪਦੇ ਲਈ ਬੈਸਟ ਕਰੂੰਗਾ ਕਿ ਯਾਰ ਮੈਨੂੰ ਐਂ ਹੋਵੇ ਕਿ ਹੈ ਨਾ ਕਿ ਜਦੋਂ ਕੋਈ ਮੇਰੀਆਂ ਵੀਡੀਓਜ਼ ਦੇਖੇ ਤਾਂ ਕਹੇ ਯਾਰ ਕਿੰਨੀ ਸੋਹਣੀ ਵੀਡੀਓ ਬਣਾਈ ਹੈ ਕਿ ਆਹ ਚੀਜ਼ਾਂ ਕਰਕੇ ਜੀ ਬਸ ਇੱਕ ਸਰਕਲ ਸੀਗਾ ਇੱਕ ਐਟਮੋਸਫੇਅਰ ਸੀਗਾ ਸੋ ਉਹਦੇ ਕਰਕੇ ਹੀ ਮੈਨੂੰ ਆਪਦਾ ਇੱਕ ਸ਼ੌਂਕ ਸੀਗਾ ਜਿਹੜਾ ਉਹ ਮੈਂ ਅੰਦਰੋਂ ਨਿਕਲ ਕੇ ਆਇਆ ਕਿ ਯਾਰ ਆਹੀ ਕਰਨਾ ਮੈਂ ਜਦੋਂ ਅਸੀਂ ਮਿਊਜ਼ਿਕ ਡਾਇਰੈਕਟ ਮਿਊਜ਼ਿਕ ਵੀਡੀਓ ਡਾਇਰੈਕਟ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਕਰਦੇ ਹਾਂ ਪਹਿਲਾਂ ਸਾਡੇ ਕੋਲ ਆਈਡੀਆ ਆਉਂਦਾ ਹੁਣ ਆਈਡੀਆ ਕਦੋਂ ਵੀ ਆ ਜਾਂਦਾ ਹੈ ਕਿਤੇ ਵੀ ਬੈਠ ਕੇ ਆਪਾਂ ਬੈਠੇ ਹਾਂ ਜਾਂ ਸੁੱਤੇ ਹਾਂ ਸਾਨੂੰ ਆਈਡੀਆ ਆ ਜਾਂਦਾ ਹੈ ਬਟ ਮੇਨ ਜੋ ਤਸ਼ੱਦ ਆਪਾਂ ਕਹਿ ਸਕਦੇ ਹਾਂ ਮਿਹਨਤ ਲੱਗਦੀ ਹੈ ਕਿ ਉਸ ਆਈਡੀਆ ਨੂੰ ਕਨਸੈਪਟ ਦੇ ਵਿੱਚ ਪੂਰਾ ਫਾਈਨਲ ਪ੍ਰੋਡਕਟ ਕੱਢਣਾ ਤਾਂ ਤੁਸੀਂ ਆਪਣੇ ਆਈਡੀਆ ਨੂੰ ਕਿਸ ਤਰ੍ਹਾਂ ਪੂਰੀ ਤਰ੍ਹਾਂ ਦੇ ਨਾਲ ਕਨਸੈਪਚੁਅਲਾਈਜੇਸ਼ਨ ਕਰਦੇ ਹੋ ਤੇ ਉਸਦਾ ਫਾਈਨਲ ਪ੍ਰੋਡਕਟ ਕੱਢਦੇ ਹੋ ਜਦੋਂ ਵੀ ਕੋਈ ਆਪਾਂ ਆਈਡੀਆ ਬਣਾਉਂਦੇ ਹਾਂ ਜੀ ਫਿਰ ਆਪਾਂ ਉਸ ਆਰਟਿਸਟ ਨਾਲ ਡਿਸਕਸ ਕਰਦੇ ਹਾਂ ਸਾਰਾ ਉਹਨੂੰ ਪਸੰਦ ਆਉਂਦਾ ਹੈ ਨਾ ਜੀ ਜਦੋਂ ਪਸੰਦ ਆਉਂਦਾ ਉਹ ਵੀ ਫਿਰ ਆਪਦੀਆਂ ਵਿੱਚ ਕੁਛ ਕੁ ਚੀਜ਼ਾਂ ਉਹਨਾਂ ਦਾ ਇੱਕ ਓਬਵੀਅਸਲੀ ਐਕਸਪੀਰੀਅੰਸ ਇੱਕ ਜ਼ਿਆਦਾ ਹੁੰਦਾ ਜੀ ਸੋ ਉਹ ਵੀ ਆਪਦੀਆਂ ਚੀਜ਼ਾਂ ਜਦੋਂ ਐਡ ਆਨ ਕਰਾਉਂਦੇ ਹਾਂ ਫਿਰ ਆਪਾਂ ਇੱਕ ਸਕਰੀਨ ਪਲੇ ਬਣਾਉਣਾ ਕਿ ਆਹ ਚੀਜ਼ ਇੱਦਾਂ ਇੱਦਾਂ ਹੋ ਰਹੀ ਹੈ ਸਾਰੀ ਹੈ ਨਾ ਕਿ ਉਹਨੂੰ ਇੱਕ ਲਾਈਨਅਪ ਕਰਕੇ ਫਿਰ ਉਹ ਜਿਹੜੀ ਚੀਜ਼ ਉਦੋਂ ਜਦੋਂ ਗੱਲ ਕਰਦੇ ਹੀ ਪਤਾ ਲੱਗ ਜਾਂਦੀ ਹੈ ਆਹ ਚੀਜ਼ ਨਿਕਲ ਕੇ ਵਧੀਆ ਆਊਗੀ ਜੇ ਆਪਾਂ ਇਹਨੂੰ ਵਧੀਆ ਸ਼ੂਟ ਕੀਤਾ ਜਾਏ ਸੋ ਉਦੋਂ ਇਹ ਚੀਜ਼ ਸਾਰੀ ਆਪਾਂ ਜਨਰੇਟ ਹੁੰਦੀ ਹੈ ਜੀ ਤੁਸੀਂ ਹਜੇ 2020 ਦੇ ਵਿੱਚ ਵੀ ਬਹੁਤ ਸਾਰੇ ਸੌਂਗਸ ਕੀਤੇ ਇਵਨ ਸ਼ੇਰੀਮਾਨ ਦੇ ਹੀ ਕੀਤੇ ਹੁਣ ਤੁਹਾਡਾ 2021 ਦੇ ਵਿੱਚ ਵੀ ਆਇਆ ਦਿਲਵਾਲੇ ਉਹ ਵੀ ਸ਼ੇਰੀਮਾਨ ਦਾ ਕੀਤਾ ਹੈ ਸੋ
ਕਹਿੰਦੇ ਨਾ ਜੀ ਇੱਕ ਨਵੇਂ ਬੰਦੇ ਲਈ ਮੌਕਾ ਹੀ ਲੈਣਾ ਬੜਾ ਔਖਾ ਹੁੰਦਾ ਕਿ ਵੀਰੇ ਨੇ ਮੈਨੂੰ ਵਾਰੀ ਵਾਰੀ ਹੈ ਨਾ ਮੌਕੇ ਦਿੱਤੇ। ਸ਼ੈਰੀ ਵੀਰੇ ਨਾਲ ਜੀ ਇੱਦਾਂ ਮੌਕਾ ਮਿਲਿਆ ਜਦੋਂ ਮੈਂ ਅਸਿਸਟ ਕਰਨ ਤੋਂ ਬਾਅਦ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਮੈਂ ਗਾਣੇ ਕਰਨਾ ਚਾਹੁੰਦਾ ਅਤੇ ਮੈਨੂੰ ਹੋਰ ਇੰਨੇ ਜ਼ਿਆਦਾ ਜਾਣਦੇ ਨੇ ਇੰਡਸਟਰੀ ਸਾਰੇ ਹੈ ਨਾ ਕਿ ਤੁਸੀਂ ਮੈਨੂੰ ਮੌਕਾ ਦਿਓ ਕਿਹੜਾ। ਤਾਂ ਵੀਰੇ ਨੇ ਵੀ ਸੋਚਿਆ ਕਿ ਯਾਰ ਕੀ ਰਿਸਕ ਹੀ ਹੈ ਇੱਕ ਸ਼ਬਦ ਹੈ ਨਾ ਜੀ, ਬਟ ਵੀਰੇ ਨੇ ਤਾਂ ਵੀ ਵੀਰੇ ਨੂੰ ਪਤਾ ਸੀ ਇਹਨੇ ਕਰ ਲੈਣਾ। ਫਿਰ ਮੈਂ ਇੱਕ ਜਦੋਂ ਗਾਣਾ ਕੀਤਾ ਜੀ ਉਹਦੀ ਹੈ ਨਾ ਵੀਰੇ ਨੂੰ ਬੜਾ ਵਧੀਆ ਲੱਗਿਆ, ਵੀਰਾ ਕਹਿੰਦਾ ਆਪਾਂ ਅੱਗੇ ਵੀ ਕਰਾਂਗੇ, ਮੈਂ ਹੁਣ ਕੈਨੇਡਾ ਚੱਲਿਆ ਆ ਕੇ ਆਪਾਂ ਕੁਛ ਨਾ ਕੁਛ ਹੋਰ ਪਲੈਨ ਕਰਦੇ ਹਾਂ ਜੀ। ਇੱਦਾਂ ਇੱਦਾਂ ਸਾਰਾ ਸਬੱਬ ਬਣਦਾ ਗਿਆ ਅਤੇ ਉਹਦੇ 'ਚ ਵੀਰੇ ਦਾ ਵੀ ਬਹੁਤ ਬਹੁਤ ਥੈਂਕ ਯੂ ਹੈ ਕਿ ਵੀਰੇ ਨੇ ਕੌਨਫੀਡੈਂਸ ਜਿਤਾਇਆ। ਹੁਣ ਅੱਗੇ ਵੀ ਵੀਰੇ ਨਾਲ ਹੋਰ ਗਾਣੇ ਆ ਰਹੇ ਆ ਜੀ, ਹੁਣ ਵੀਰਾ ਸਗੋਂ ਵਧੀਆ ਖੁਸ਼ ਹੁੰਦਾ ਹੈ ਨਾ ਕਿ ਯਾਰ ਤੂੰ ਵਧੀਆ ਕਰ ਰਿਹਾ ਕਿ ਆਪਾਂ ਕੋਈ ਨਹੀਂ ਅੱਗੇ ਵੀ ਕਰਾਂਗੇ, ਫਿਰ ਉਦੋਂ ਆਪਦੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਜੀ ਹਾਂ ਵੀਰੇ ਥੈਂਕ ਯੂ ਪੱਕਾ ਆਪਾਂ ਕਰਦੇ ਹਾਂ ਜੀ ਅੱਗੇ। ਤੁਸੀਂ ਕਿਹਾ ਕਿ ਤੁਸੀਂ ਅਸਿਸਟ ਕਰਦੇ ਸੀਗੇ, ਹਜੇ ਤੱਕ ਤੁਸੀਂ ਕਿਹੜੇ ਕਿਹੜੇ ਮਤਲਬ ਅਸਿਸਟ ਕੀਤੇ ਹੋਏ ਆ ਗਾਣੇ? ਮੈਂ ਜੀ ਕਾਫੀ ਅਸਿਸਟ ਮਤਲਬ ਕੀਤੇ ਆ ਕਿ ਜਿਵੇਂ ਮੈਂ ਦੋ ਤਿੰਨ ਡਾਇਰੈਕਟਰਸ ਦੇ ਸੀਗੇ ਉਹਨਾਂ ਦੇ ਸੈੱਟ 'ਤੇ ਜਾਂਦਾ ਸੀਗਾ ਕਿ ਮੈਨੂੰ ਇਹ ਹੁੰਦਾ ਸੀਗਾ ਕਿ ਪਤਾ ਨਹੀਂ ਹੁੰਦਾ ਸੀ ਗਾਣਾ ਕਿਹੜਾ, ਬਟ ਉੱਥੇ ਜਾ ਕੇ ਹੈ ਨਾ ਕਿ ਜਦੋਂ ਦੇਖਣਾ ਕਿ ਯਾਰ ਕਿਵੇਂ ਕਰ ਰਹੇ ਆ ਸਾਰਾ ਕੁਛ ਹੈ ਕਿ ਕੋਈ ਮੈਨੂੰ ਗਾਣੇ ਨਹੀਂ ਇੱਦਾਂ ਪਰਟੀਕੁਲਰ ਕਿ ਯਾਦ ਆ ਵੀ ਮੈਂ ਕੀਤਾ ਉਹ ਅਸਿਸਟ, ਬਸ ਮੇਰਾ ਉਹਨਾਂ ਨਾਲ ਹੀ ਹੁੰਦਾ ਸੀਗਾ ਜੀ ਕਿ ਉਹਨਾਂ ਦੇ ਨਾਲ ਨਾਲ ਮੈਂ ਤੁਰੇ ਫਿਰਨਾ ਵੀਰੇ ਆਹ ਕੀ ਹੋ ਰਿਹਾ ਵੀਰੇ ਇਹਨੂੰ ਕਿਵੇਂ ਕਰਨਾ ਹੈ, ਸੋ ਉਹ ਚੀਜ਼ਾਂ ਸਾਰੀਆਂ ਪੁੱਛ ਪੁੱਛ ਕੇ ਉਹ ਕਰਕੇ ਇੱਕ ਚੀਜ਼ ਫਿਰ ਹੌਲੀ ਹੌਲੀ ਆਪਦੇ 'ਚ ਆਇਆ ਹੁਣ ਕੀ ਕਰੀਏ ਯਾਰ ਕੌਨਫੀਡੈਂਸ। ਕੋਈ ਇੱਦਾਂ ਨਹੀਂ ਗਾ ਜੀ ਮੈਨੂੰ ਕਿ ਆਹ ਗਾਣਾ ਮੈਂ ਕੀਤਾ ਸੀਗਾ ਅਸਿਸਟ ਆਹ ਇੱਦਾਂ ਕਿ ਮਤਲਬ ਇਹ ਨਹੀਂ ਕਦੇ ਵੀ ਪਤਾ ਹੁੰਦਾ ਸੀਗਾ ਕਿ ਆਹ ਗਾਣਾ ਹੋ ਰਿਹਾ ਕੁਛ, ਬਸ ਇੱਦਾਂ ਹੁੰਦਾ ਸੀਗਾ ਕਿ ਜਾ ਕੇ ਯਾਰ ਅੱਜ ਕੀ ਹੋ ਰਿਹਾ ਕਿ ਬਸ ਪਹੁੰਚੀਏ ਸੈੱਟ 'ਤੇ। ਤੁਹਾਨੂੰ ਇਸ ਪੂਰੇ ਜਿੱਦਾਂ ਤੁਸੀਂ ਅਸਿਸਟ ਕੀਤਾ ਹੈ ਉਸਦੇ ਨਾਲ ਕਿੰਨੀ ਕੁ ਮਦਦ ਮਿਲੀ ਹੈ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਅਸਿਸਟੈਂਟ ਹੁੰਦੇ ਹੈ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ, ਕਿਸ ਤਰ੍ਹਾਂ ਸਿੱਖਦੇ ਹੈਗੇ ਨੇ, ਸੋ ਤੁਸੀਂ ਕਿਵੇਂ ਸਿੱਖਿਆ ਹੈ ਅਤੇ ਤੁਹਾਨੂੰ ਅਸਿਸਟ ਕਰਕੇ ਕਿੰਨਾ ਕੁ ਮਦਦ ਮਿਲੀ ਹੋਈ ਹੈ ਅਜੇ ਤੱਕ? ਮੈਨੂੰ ਬਹੁਤ ਮਦਦ ਮਿਲੀ ਹੈ ਜੀ ਜਦੋਂ ਮੈਂ ਜਾਂਦਾ ਸੀਗਾ ਇੱਕ ਵਾਰੀ ਪ੍ਰੈਕਟੀਕਲੀ ਆਪਾਂ ਨੂੰ ਗਰਾਊਂਡ 'ਤੇ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿਵੇਂ ਸਾਰਾ ਕੁਛ ਮੈਨੇਜ ਹੁੰਦਾ, ਕਿਵੇਂ ਸਾਰਾ ਸ਼ੋਟ ਉਹ ਲੈਂਦੇ ਆ, ਕੀ ਉਹਨਾਂ ਦੀ ਟੇਕਿੰਗ ਹੁੰਦੀ ਹੈ, ਕਿਵੇਂ ਉਹ ਚੀਜ਼ ਜੋ ਉਹਨਾਂ ਨੇ ਕੌਨਸੈਪਟ ਸੋਚਿਆ ਹੁੰਦਾ ਉਹਨੂੰ ਫਿਲਮਾਉਂਦੇ ਆ, ਸੋ ਮੈਨੂੰ ਗਰਾਊਂਡ 'ਤੇ ਜਾ ਕੇ ਬਹੁਤ ਜ਼ਿਆਦਾ ਹੈਲਪ ਮਿਲਦੀ ਸੀਗੀ। ਕੁਛ ਮੇਰੀ ਬੌਂਡਿੰਗ ਵੀ ਉਹਨਾਂ ਨਾਲ ਇੰਨੀ ਕੁ ਵਧੀਆ ਸੀ, ਉਹ ਮੇਰੇ ਤੋਂ ਹਰ ਚੀਜ਼ ਜਦੋਂ ਮੈਂ ਪੁੱਛਦਾ ਸੀ ਵੀਰੇ ਆਹ ਕਿਵੇਂ ਹੁੰਦਾ ਸੀ ਆਹ ਕਿਵੇਂ ਹੁੰਦਾ, ਉਹ ਬੜਾ ਮੈਨੂੰ ਦੱਸਦੇ ਸੀਗੇ ਕਿ ਹੈ ਨਾ ਯਾਰ ਇਹਨੂੰ ਆਪਾਂ ਇੱਦਾਂ ਕਰਾਂਗੇ, ਆਹ ਸ਼ੋਟ ਜੇ ਲੈਣਾ ਆਪਾਂ, ਆਹ ਇਹਦਾ ਬਲੌਕ ਬਣਾਉਣਾ ਜਾਂ ਕੁਛ ਵੀ ਇੱਕ ਸਟੋਰੀ ਆਪਾਂ ਕਿਵੇਂ ਇੰਪਰੋਵਾਈਜ਼ ਕਰਨੀ ਹੈ, ਮੈਨੂੰ ਗਰਾਊਂਡ 'ਤੇ ਜਾ ਕੇ ਬਹੁਤ ਹੈਲਪ ਮਿਲੀ ਹੈ ਜੀ। ਗਰਾਊਂਡ 'ਚ ਜਾ ਕੇ ਹੀ ਪਤਾ ਲੱਗਦਾ, ਅਸੀਂ ਸੋਚਦੇ ਹਾਂ ਕਿ ਜਦੋਂ ਤੱਕ ਅਸੀਂ ਪ੍ਰੈਕਟੀਕਲ ਨਹੀਂ ਕਰਾਂਗੇ ਦੇਖਾਂਗੇ ਨਹੀਂ ਤਦ ਤੱਕ ਨਹੀਂ ਪਤਾ ਚੱਲੇਗਾ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਤੁਹਾਨੂੰ ਆਪਣੇ ਇਸ ਪ੍ਰੋਫੈਸ਼ਨ ਦੀ ਸਭ ਤੋਂ ਬੈਸਟ ਥਿੰਗ ਕਿਹੜੀ ਲੱਗਦੀ ਹੈ, ਬੈਸਟ ਚੀਜ਼ ਡਾਇਰੈਕਸ਼ਨ ਦੀ? ਮੈਨੂੰ ਸਭ ਤੋਂ ਜਿਹੜੀ ਪਹਿਲਾਂ ਤਾਂ ਮੈਨੂੰ ਇਸ ਚੀਜ਼ ਨੂੰ ਕੰਮ ਨੂੰ ਕਰਕੇ ਬਹੁਤ ਜ਼ਿਆਦਾ ਮੈਂ ਇੰਜੋਏ ਕਰਦਾ ਕਿ ਇਹ ਮੈਨੂੰ ਇੱਕ ਸ਼ੌਂਕ ਹੈ ਨਾ ਕਿ ਸ਼ੌਂਕ ਦੇ ਨਾਲ ਨਾਲ ਕਿ ਮੈਨੂੰ ਐਂ ਹੁੰਦਾ ਕਿ ਯਾਰ ਮੈਂ ਕਰਨਾ ਹੈ ਬਸ ਕਿਸੇ ਵੀ ਬੈਸਟ ਤੋਂ ਬੈਸਟ ਵੀਡੀਓਜ਼ ਬਣਾਉਣੀ ਹੈ। ਜਦੋਂ ਵੀ ਮੈਂ ਮਤਲਬ ਮੈਨੂੰ ਕੋਈ ਆਉਂਦੀ ਹੈ ਨਾ ਕੋਈ ਵੀਡੀਓ ਲਈ ਹੈ ਨਾ ਕਿ ਜਿਵੇਂ ਫੋਰ ਐਗਜ਼ਾਮਪਲ ਸ਼ੈਰੀ ਭਾਅ ਜੀ ਦੀ ਵੀਡੀਓ ਕੀਤੀ ਹੈ ਜਿਵੇਂ ਹੁਣ ਭਾਅ ਜੀ ਨੇ ਜਦੋਂ ਕਹਿਤਾ ਕਿ ਆਹ ਕਰ ਰਹੇ ਹਾਂ ਫਿਰ ਉਦੋਂ ਮੈਨੂੰ ਮੈਂ ਉਹਦੇ 'ਚ ਜਦੋਂ ਤੱਕ ਸ਼ੂਟ ਨਹੀਂ ਹੁੰਦਾ ਉਹਦੇ 'ਚ ਹੀ ਲੱਗਿਆ ਰਹਿੰਦਾ ਰੋਜ਼, ਉਹਨੂੰ ਹੀ ਸੋਚਦਾ ਰਹਿੰਦਾ ਯਾਰ ਐਵੇਂ ਹੋਊਗਾ, ਕਦੇ ਮੈਂ ਡੀ ਓ ਪੀ ਨੂੰ ਫੋਨ ਕਰ ਲੈਂਦਾ ਕਦੇ ਕੀ, ਉਹ ਵੀ ਮੈਨੂੰ ਕਹਿ ਦਿੰਦੇ ਯਾਰ ਭਾਅ ਜੀ ਯਾਰ ਤੁਸੀਂ ਬਹੁਤ ਸਿਰ ਖਾਂਦੇ ਹੋ ਯਾਰ, ਸੋ ਕੀ ਕਹਿੰਦੇ ਮੈਨੂੰ ਇਹ ਹੁੰਦਾ ਕਿ ਜਦੋਂ ਤੱਕ ਚੀਜ਼ ਸ਼ੂਟ ਨਹੀਂ ਹੋ ਰਹੀ ਨਾ ਉਦੋਂ ਤੱਕ ਮੈਂ ਉਸ ਚੀਜ਼ ਦੇ ਪਿੱਛੇ ਪਿਆ ਰਹਿੰਦਾ, ਉਹਨੂੰ ਇੰਜੋਏ ਕਰਦਾ, ਮੈਨੂੰ ਐਕਸਾਈਟਮੈਂਟ ਬਹੁਤ ਹੋ ਜਾਂਦੀ ਹੈ। ਅਤੇ ਜਦੋਂ ਤੁਸੀਂ ਸ਼ੂਟ ਵੀ ਕਰਦੇ ਹੋ ਉਸ ਸਮੇਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਅਤੇ ਆਪਣੇ ਸੈੱਟ ਦਾ ਮਾਹੌਲ ਤੁਸੀਂ ਕਿਸ ਤਰ੍ਹਾਂ ਦਾ ਬਣਾ ਕੇ ਰੱਖਦੇ ਹੋ? ਬੜਾ ਫਰੈਂਡਲੀ ਮਾਹੌਲ ਹੁੰਦਾ ਜੀ, ਸਾਰੇ ਹੀ ਕੋਈ ਸੈੱਟ 'ਤੇ ਮੈਂ ਕਦੇ ਇੱਦਾਂ ਨਹੀਂ ਸੋਚੇਗਾ ਕਿ ਮੈਂ ਕੋਈ ਡਾਇਰੈਕਟਰ ਹੈ ਜਾਂ ਬਾਕੀ, ਇੱਕ ਹਿਸਾਬ ਦਾ ਮੈਨੂੰ ਐਂ ਹੁੰਦਾ ਕਿ ਉਹਨਾਂ ਨੂੰ ਹੁਣ ਕਦੇ ਲੱਗਿਆ ਹੀ ਨਹੀਂ ਯਾਰ ਕਿ ਉਹ ਸਾਰੇ ਇੱਕ ਤਰ੍ਹਾਂ ਦੇ, ਅਸੀਂ ਉੱਥੇ ਫੈਮਿਲੀ ਵਾਂਗੂ ਜਾਂ ਇੱਕ ਜਿਵੇਂ ਇੱਕ ਫਰੈਂਡ ਸਰਕਲ ਜਿਹਾ ਹੁੰਦਾ ਉੱਦਾਂ ਅਸੀਂ ਵੀ ਸ਼ੂਟ ਕਰਦੇ ਹਾਂ। ਉਹਦੇ ਨਾਲ ਕੀ ਹੈ ਜੀ ਉਹਦੇ ਨਾਲ ਸੈੱਟ 'ਤੇ ਬੜਾ ਵਧੀਆ ਇੱਕ ਮਾਹੌਲ ਫਰੈਂਡਲੀ ਮਾਹੌਲ ਬਣ ਜਾਂਦਾ, ਸੋ ਬੜਾ ਫਰੈਂਡਲੀ ਮਾਹੌਲ ਉੱਥੇ ਹੁੰਦਾ ਸਾਡੇ, ਬੜਾ ਇੰਜੋਏ ਕਰੀਦਾ ਜੀ ਸੈੱਟ 'ਤੇ ਆਪਣੇ ਮਾਈਂਡ ਦੇ ਵਿੱਚ ਤੁਹਾਡੇ ਲਈ ਕੀ ਹੁੰਦਾ ਹੈ ਕਿ ਹਾਂ ਮੈਂ ਇਸ ਤਰ੍ਹਾਂ ਇਹ ਪ੍ਰੋਜੈਕਟ ਕਰਨਾ ਹੈ, ਇਸ ਤਰ੍ਹਾਂ ਦੀ ਲੋਕੇਸ਼ਨ ਚਾਹੀਦੀ ਹੈ, ਉਸਦੇ ਲਈ ਤੁਸੀਂ ਕੀ ਕੁਝ ਕਰਦੇ ਹੋ ਪਹਿਲਾਂ? ਜਦੋਂ ਵੀ ਕੋਈ ਗਾਣਾ ਮਿਲਦਾ ਜੀ ਫਿਰ ਉਹਦਾ ਇੱਕ ਥੀਮ ਮੈਂ ਸੋਚਦਾ ਕਿ ਯਾਰ ਇਹਦੀ ਵੀਡੀਓ ਦੀ ਲੁੱਕ ਇੱਦਾਂ ਦੀ ਹੋਣੀ ਚਾਹੀਦੀ ਹੈ, ਫਿਰ ਉਹ ਥੀਮ ਦੇ ਅਕੋਰਡਿੰਗ ਉਸ ਲੁੱਕ ਦੇ ਅਕੋਰਡਿੰਗ ਫਿਰ ਉਹ ਲੋਕੇਸ਼ਨਾਂ ਦੀ ਰੇਕੀ ਕਰਦਾ ਹਾਂ ਜੀ। ਪਹਿਲਾਂ ਮੈਂ ਖੁਦ ਜਾਂਦਾ ਰੇਕੀ ਲਈ, ਉਦੋਂ ਬਾਅਦ ਜਦੋਂ ਉਹ ਸ਼ਾਰਟ ਲਿਸਟਡ ਜਿਹੀਆਂ ਕਰ ਲੈਂਦਾ ਫਿਰ ਮੈਂ ਨਾਲ ਡੀ ਓ ਪੀ ਨੂੰ ਲੈ ਕੇ ਜਾਂਦਾ, ਫਿਰ ਅਸੀਂ ਜਾ ਕੇ ਉੱਥੇ ਸਾਰਾ ਕੀ ਲਾਈਟਿੰਗ ਹੈ ਹੋਣੀ ਹੈ ਜਾਂ ਕੀ ਉੱਥੇ ਬਲੌਕ ਵਗੈਰਾ ਉਹ ਸਾਰਾ ਇੱਕ ਰੇਕੀ ਕਰਦੇ ਹਾਂ। ਸੋ ਉਹ ਥੀਮ ਜਦੋਂ ਆਪਾਂ ਹੁਣ ਇੱਕ ਬਣ ਜਾਂਦਾ ਵੀਡੀਓ ਦਾ ਉਹਦੇ ਮੁਤਾਬਿਕ
ਲੋਕੇਸ਼ਨ ਸਾਰੀਆਂ ਲੱਭਦਾ ਰਿੱਕੀ ਕਰਦਾ ਜਾ ਕੇ ਜੋ ਇੱਕ ਮਨ 'ਚ ਆਈਡੀਆ ਆਇਆ ਹੁੰਦਾ ਕਿ ਯਾਰ ਆਹਾ ਇੱਦਾਂ ਹੀ ਲੋਕੇਸ਼ਨ ਇਸ ਗਾਣੇ ਲਈ ਰੈਫਰ ਕਰਦੇ ਹਾਂ ਆਪਾਂ ਸੋ ਉਹ ਸਾਰੀਆਂ ਮੈਂ ਲੋਕੇਸ਼ਨਾਂ ਫਿਰ ਸਾਡੇ ਪੰਜਾਬ ਦੇ ਵਿੱਚ ਹੀ ਤੁਸੀਂ ਮੋਸਟਲੀ ਮਤਲਬ ਲੋਕੇਸ਼ਨਸ ਲੱਭਦੇ ਹੋ ਹਾਂਜੀ ਐਕਚੁਅਲੀ ਮੈਂ ਹਜੇ ਕੋਈ ਜ਼ਿਆਦਾ ਵੀਡੀਓਜ਼ ਨਹੀਂ ਕੀਤੀਆਂ ਗੀਆਂ ਹਾਂ ਕੋਈ ਬਹੁਤ ਥੋੜੀਆਂ ਕੀਤੀਆਂ ਸੋ ਮੇਰਾ ਇੱਕ ਤੁਸੀਂ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਸਟਾਰਟਅਪ ਹੈ ਸੋ ਹਜੇ ਮੈਂ ਇੰਨਾ ਜ਼ਿਆਦਾ ਵੀਡੀਓਜ਼ ਨਹੀਂ ਕੀਤੀਆਂ ਬਟ ਅੱਗੇ ਅੱਗੇ ਮੈਨੂੰ ਐਂ ਕਿ ਜਿਵੇਂ ਬਸ ਜਿਵੇਂ ਜਿਵੇਂ ਮੈਂ ਕੰਮ ਕਰਦਾ ਚੱਲਾਂ ਫਿਰ ਉਵੇਂ ਉਵੇਂ ਹੀ ਤੁਹਾਨੂੰ ਪਤਾ ਹੈ ਕਿ ਆਪਾਂ ਚੀਜ਼ ਦੀ ਹੋਰ ਰਿਕੀ ਵੱਧਦੀ ਜਾਂਦੀ ਹੈ ਆਪਾਂ ਪੰਜਾਬ ਆਊਟ ਆਫ ਪੰਜਾਬ ਵੀ ਹੁਣ ਤੱਕ ਮੈਂ ਜੀ ਪੰਜਾਬ 'ਚ ਕੰਮ ਕੀਤਾ ਅਤੇ ਆਪਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਲੋਕੇਸ਼ਨ ਵਾਈਜ਼ ਰਿਸਟ੍ਰਿਕਟ ਵੀ ਹੋ ਜਾਂਦੇ ਹਾਂ ਕਿ ਚਾਹੀਦਾ ਤੁਹਾਨੂੰ ਕੁਛ ਹੋਰ ਹੁੰਦਾ ਪਰ ਤੁਹਾਨੂੰ ਇਸੇ ਲੋਕੇਸ਼ਨ ਦੇ ਵਿੱਚ ਕਰਨਾ ਪਵੇਗਾ ਕੁਛ ਵਾਰ ਹੋ ਜਾਂਦਾ ਜੀ ਜਦੋਂ ਬਜਟ ਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਕਿ ਹੈ ਨਾ ਕਿ ਜ਼ਿਆਦਾ ਦੂਰ ਵੀ ਨਹੀਂ ਜਾ ਸਕਦੇ ਇੱਕ ਟਰੈਵਲ ਦਾ ਸਾਰੀਆਂ ਚੀਜ਼ਾਂ ਨੂੰ ਇੱਕ ਮੇਨਟੇਨ ਵੀ ਕਰਨਾ ਸੋ ਕੁਛ ਵਾਰ ਕਿਤੇ ਨਾ ਕਿਤੇ ਉਹ ਚੀਜ਼ ਆਪਾਂ ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ ਉਸ ਚੀਜ਼ ਨੂੰ ਮੈਨੇਜ ਵੀ ਕਰਨਾ ਪੈਂਦਾ ਕਿ ਯਾਰ ਜੇ ਆਹ ਲੋਕੇਸ਼ਨ ਇੱਥੇ ਆ ਅਤੇ ਇਸ ਤੋਂ ਬਾਅਦ ਦੂਸਰੀ ਲੋਕੇਸ਼ਨ ਕਿੰਨੀ ਦੂਰ ਹੈ ਸੋ ਉਹ ਸਾਰੀਆਂ ਚੀਜ਼ਾਂ ਕਿ ਕੁਛ ਵਾਰ ਮੈਨੇਜ ਵੀ ਕਰਨੀਆਂ ਪੈਂਦੀਆਂ ਜੀ ਅਤੇ ਦਿਲਵਾਲੇ ਸੌਂਗ ਦੀ ਮੈਂ ਜ਼ਰੂਰ ਗੱਲ ਕਰਾਂਗੀ ਇਸ ਦੀ ਆਪਾਂ ਵੀਡੀਓ ਦੀ ਜਦੋਂ ਦੇਖੀ ਹੈ ਇੱਕ ਟਵਿਸਟ ਤੁਸੀਂ ਬੜਾ ਸਹੀ ਪਾਇਆ ਸੀਗਾ ਹਾਂਜੀ ਸੋ ਉਹ ਟਵਿਸਟ ਦਾ ਆਈਡੀਆ ਤੁਹਾਡਾ ਸੀ ਨਹੀਂ ਉਹ ਭਾਜੀ ਦਾ ਸੀਗਾ ਅੱਛਾ ਸ਼ੈਰੀ ਭਾਈ ਦਾ ਉਹ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਜਿਹੜਾ ਅਸਲ 'ਚ ਦਿਲਵਾਲੇ ਦਾ ਕੌਨਸੈਪਟ ਸੀਗਾ ਕੁਛ ਹੋਰ ਆਹ ਕੌਨਸੈਪਟ ਨਹੀਂ ਸੀਗਾ ਉਹ ਆਲਰੇਡੀ ਬਣਾਇਆ ਹੋਇਆ ਸੀਗਾ ਕੌਨਸੈਪਟ ਭਾਜੀ ਨਾਲ ਬੈਠ ਕੇ ਹੈ ਨਾ ਟੋਟਲੀ ਅਸੀਂ ਕੌਨਸੈਪਟ ਬਣਾ ਲਿਆ ਹੋਇਆ ਕਿ ਉਦੋਂ ਬਾਅਦ ਕੋਵਿਡ ਕਰਕੇ ਜੀ ਰੈਸਟ੍ਰਿਕਸ਼ਨ ਸਾਰੀਆਂ ਲੱਗ ਗਈਆਂ ਫਿਰ ਉਹ ਸ਼ੂਟ ਨਹੀਂ ਹੋ ਪਾਇਆ ਫਿਰ ਭਾਜੀ ਕਹਿੰਦੇ ਯਾਰ ਕਿ ਆਪਾਂ ਨਾ ਹੁਣ ਮਤਲਬ ਲਿਮਿਟਡ ਜਿਹਾ ਹੀ ਕੁਛ ਰੱਖੀਏ ਕਿ ਮੈਂ ਕਿਹਾ ਭਾਜੀ ਕਹਿੰਦੇ ਅੱਜ ਆਪਾਂ ਕੌਨਸੈਪਟ ਬਣਾਉਣਾ ਮੈਂ ਕਿਹਾ ਭਾਜੀ ਅੱਜ ਹੀ ਆਪਾਂ ਕੌਨਸੈਪਟ ਕਿਵੇਂ ਬਣ ਜੂਗਾ ਕਹਿੰਦੇ ਯਾਰ ਕੋਈ ਨਹੀਂ ਮੈਂ ਬੈਠਦਾ ਫਿਰ ਭਾਜੀ ਨੇ ਉਹ ਜਿਹੜਾ ਟਵਿਸਟ ਹੈ ਉਹ ਜਿਹੜਾ ਇੱਕ ਲਾਈਨ ਅਪ ਸੀਗਾ ਉਹ ਭਾਜੀ ਨੇ ਕੀਤਾ ਸੀਗਾ ਅੱਛਾ ਫਿਰ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਹਾਂਜੀ ਉਹਦਾ ਥੀਮ ਉਹਦਾ ਡਾਇਰੈਕਸ਼ਨ ਉਹਦਾ ਸਕਰੀਨ ਪਲੇ ਸਾਰਾ ਫਿਰ ਮੈਂ ਲਿਖਿਆ ਜੀ ਬੈਠ ਕੇ ਉਹਦੇ ਸ਼ਾਰਟ ਡਿਜ਼ਾਈਨ ਕੀਤੇ ਕਿ ਕਿਵੇਂ ਦੀ ਭਾਜੀ ਦੀ ਲੁੱਕ ਦੇਣੀ ਹੈ ਟੋਟਲੀ ਉਹ ਚੀਜ਼ਾਂ ਉਹ ਜਿਹੜਾ ਟਵਿਸਟ ਹੈ ਬੇਸਿਕਲੀ ਉਹ ਸ਼ੈਰੀ ਭਾਜੀ ਦਾ ਕਿਉਂਕਿ ਉਹਨਾਂ ਨੇ ਗਾਇਆ ਫਿਰ ਉਹਨਾਂ ਨੂੰ ਸੀਗਾ ਕਿ ਕੁਛ ਇੱਦਾਂ ਦਾ ਮੈਂ ਕਰਾਂ ਯਾਰ ਕਿ ਭਾਜੀ ਕਹਿੰਦੇ ਯਾਰ ਆਹ ਮੈਨੂੰ ਬਾਕੀ ਤੂੰ ਛੱਡ ਚੀਜ਼ਾਂ ਸਾਰੀਆਂ ਕਿ ਆਹ ਰੱਖਣਾ ਮੈਂ ਫਿਰ ਤੁਹਾਨੂੰ ਪਤਾ ਜੋ ਫਿਰ ਭਾਜੀ ਨੇ ਕਹਿ ਦਾ ਫਿਰ ਉਹ ਕਰਨਾ ਤਾਂ ਪੈਣਾ ਹੀ ਹੈ ਕਰਨਾ ਹੀ ਪੈਣਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਹਜੇ ਵੀ ਜਦੋਂ ਅਸੀਂ ਸੌਂਗਸ ਕੁਝ ਵੀ ਡਾਇਰੈਕਟ ਕਰਦੇ ਆ ਫਿਲਮਸ ਡਾਇਰੈਕਟ ਕਰਦੇ ਆ ਤੁਹਾਨੂੰ ਇੱਕ ਚੀਜ਼ ਮਿਸਿੰਗ ਲੱਗਦੀ ਹੈ ਕਿ ਇਹ ਜੇ ਚੀਜ਼ ਠੀਕ ਹੋ ਜਾਵੇ ਨਾ ਤੇ ਬੈਸਟ ਹੈ ਮਤਲਬ ਕੰਮ ਕਰਨ 'ਚ ਹੋਰ ਮਜ਼ਾ ਆਏਗਾ ਇਸ ਤਰ੍ਹਾਂ ਦੀ ਕੋਈ ਚੀਜ਼ ਇਸ ਤਰ੍ਹਾਂ ਦੀ ਮੈਨੂੰ ਫਿਲਹਾਲ ਹਜੇ ਕੋਈ ਧਿਆਨ 'ਚ ਨਹੀਂ ਮੇਰੇ ਚੀਜ਼ ਆ ਰਹੀ ਬਟ ਹਰ ਬੰਦੇ ਦਾ ਆਪਦਾ ਆਪਦਾ ਐਕਸਪੀਰੀਅੰਸ ਹੈ ਜੀ ਜੀ ਮੇਰੇ ਨਾਲ ਸ਼ਾਇਦ ਹਜੇ ਤੱਕ ਨਹੀਂ ਐਕਸਪੀਰੀਅੰਸ ਹੋਇਆ ਹੋਊਗਾ ਸੋ ਮੇਰੇ ਹਜੇ ਤੱਕ ਇਸ ਚੀਜ਼ ਨੂੰ ਕੋਈ ਮੇਰੇ ਹੈ ਨਹੀਂ ਧਿਆਨ 'ਚ ਮੈਂ ਤੁਹਾਨੂੰ ਦੱਸਾਂ ਇੱਕ ਮਿਊਜ਼ਿਕ ਵੀਡੀਓ ਡਾਇਰੈਕਟਰ ਜਿਹੜਾ ਹੁੰਦਾ ਨਾ ਉਹ ਬਹੁਤ ਸਾਰੇ ਹੋਰ ਵੀ ਪ੍ਰੋਜੈਕਟਸ ਦੇਖਦਾ ਹੈ ਭਾਵੇਂ ਹਾਲੀਵੁੱਡ ਦੇ ਹੋਵੇ ਬਾਲੀਵੁੱਡ ਦੇ ਹੋਵੇ ਯੂ ਨੋ ਹਰ ਇੱਕ ਉੱਤੇ ਨਜ਼ਰ ਰਹਿੰਦੀ ਹੈ ਤੇ ਇੱਕ ਆਪਣਾ ਪਰਟੀਕੂਲਰ ਜੋਨਰ ਹੁੰਦਾ ਕਿ ਅਸੀਂ ਇਹ ਦੇਖਦੇ ਹੀ ਦੇਖਦੇ ਹਾਂ ਤੇ ਦੂਜਿਆਂ ਨੂੰ ਵੀ ਕਹਿੰਦੇ ਹਾਂ ਕਿ ਤੂੰ ਆਹ ਚੀਜ਼ ਦੇਖ ਕਿੰਨੀ ਸਹੀ ਹੈਗੀ ਹੈ ਸੋ ਤੁਹਾਡੇ ਲਈ ਤੁਹਾਡਾ ਮਤਲਬ ਵਧੀਆ ਜੋਨਰ ਕਿਹੜਾ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਕਿਹੜੀ ਚੀਜ਼ ਬਹੁਤ ਜ਼ਿਆਦਾ ਦੇਖਦੇ ਹੋ ਅਤੇ ਉਸ ਤੋਂ ਇੰਸਪਾਇਰ ਹੁੰਦੇ ਹੋ ਮੈਂ ਨੈੱਟਫਲਿਕਸ ਬਹੁਤ ਦੇਖਦਾ ਜੀ ਅੱਛਾ ਕਿਉਂਕਿ ਜੋ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਉਹਨਾਂ ਦੀ ਲਾਈਟਿੰਗ ਕਰਨ ਦਾ ਤਰੀਕਾ ਹੈ ਉਹਨਾਂ ਦੇ ਸ਼ਾਰਟ ਲੈਣ ਦੇ ਤਰੀਕੇ ਹੈ ਉਹਨਾਂ ਦੇ ਜੋ ਕੋਸਟਿਊਮ ਦਾ ਕੰਮ ਉਹ ਕਰਦੇ ਆ ਸੋ ਉਹ ਬੜਾ ਪਰਫੈਕਟ ਕਰਦੇ ਆ ਉਹਨਾਂ ਨੂੰ ਵੇਖ ਕੇ ਸਿੱਖਣ ਦਾ ਬਹੁਤ ਕੁਛ ਮਿਲਦਾ ਕਿ ਕਿਵੇਂ ਆਪਾਂ ਨੂੰ ਕੰਮ ਕਰਨਾ ਚਾਹੀਦਾ ਇਹ ਲੋਕ ਕੀ ਕੁਛ ਕਰ ਰਹੇ ਆ ਹੈ ਨਾ ਜੀ ਸੋ ਮੇਰੀ ਆਦਤ ਹੈ ਕਿ ਮੈਂ ਨੈੱਟਫਲਿਕਸ ਹੋ ਗਿਆ ਜਾਂ ਹੋਰ ਵੀ ਜਿਹੜੀਆਂ ਮੂਵੀਜ਼ ਹੋ ਗਈਆਂ ਆਪਣੇ ਬਾਲੀਵੁੱਡ ਦੀਆਂ ਮੈਂ ਟੋਟਲੀ ਉਹ ਦੇਖਦਾ ਰਹਿੰਦਾ ਮਤਲਬ ਮੈਂ ਜਦੋਂ ਵੀ ਫ੍ਰੀ ਬੈਠਾ ਹਾਂ ਫਿਰ ਮੇਰੇ ਸਾਹਮਣੇ ਕੁਛ ਨਾ ਕੁਛ ਜਾਂ ਤਾਂ ਮੂਵੀ ਚੱਲ ਰਹੀ ਹੁੰਦੀ ਹੈ ਜਾਂ ਨੈੱਟਫਲਿਕਸ ਚੱਲ ਰਹੀ ਹੁੰਦੀ ਹੈ ਫਿਰ ਇੱਦਾਂ ਦਾ ਕੁਛ ਮੈਂ ਵੈਬ ਸੀਰੀਜ਼ ਮੈਨੂੰ ਵੈਬ ਸੀਰੀਜ਼ ਦਾ ਬਹੁਤ ਸ਼ੌਂਕ ਹੈ ਕਿ ਫਿਰ ਵੈਬ ਸੀਰੀਜ਼ ਮੈਂ ਕੰਟੀਨਿਊ ਕੋਈ ਨਾ ਕੋਈ ਰੱਖ ਰਿਹਾ ਉਹਨਾਂ ਦੀ ਅਤੇ ਤੁਹਾਨੂੰ ਕਿਹੜੀ ਜੋਨਰ ਸਭ ਤੋਂ ਜ਼ਿਆਦਾ ਪਸੰਦ ਹੈ ਜੇ ਵੈਬ ਸੀਰੀਜ਼ ਦੀ ਵੀ ਗੱਲ ਕਰੀਏ ਫਿਲਮਸ ਦੀ ਵੀ ਗੱਲ ਕਰੀਏ ਸਭ ਤੋਂ ਵਧੀਆ ਜਿਹੜਾ ਲੱਗਦਾ ਹੋਵੇ ਰੋਮਾਂਟਿਕ ਜਾਂ ਥ੍ਰਿਲਰ ਜਾਂ ਫਿਰ ਕੋਈ ਹੋਰ ਐਕਸ਼ਨ ਮੈਨੂੰ ਥ੍ਰਿਲਰ ਬਹੁਤ ਪਸੰਦ ਹੈ ਥ੍ਰਿਲਰ ਅਤੇ ਜਿਹੜਾ ਸਸਪੈਂਸ ਇੱਕ ਸਸਪੈਂਸਫੁੱਲ ਜਿਹੜੀਆਂ ਕੁਛ ਚੀਜ਼ਾਂ ਹੈਗੀਆਂ ਜੀ ਉਹ ਬਹੁਤ ਪਸੰਦ ਹੈ ਕਿ ਅੱਗੇ ਜਾ ਕੇ ਕੀ ਹੋਊਗਾ ਹੁਣ ਕੀ ਹੋਊਗਾ ਸੋ ਉਹ ਚੀਜ਼ਾਂ ਮੈਨੂੰ ਬੜੀਆਂ ਵਧੀਆ ਲੱਗਦੀਆਂ ਨੇ ਉਹਨਾਂ ਨੂੰ ਮੈਂ ਜ਼ਿਆਦਾ ਵੇਖਦਾ ਜੀ ਤੇ ਅੱਗੇ ਚਲੋ ਤੁਸੀਂ ਹਜੇ ਤਾਂ ਸ਼ੈਰੀਮਾਨ ਜੀ ਦੇ ਨਾਲ ਕੰਮ ਕਰ ਰਹੇ ਹੋ ਅੱਗੇ ਜਾ ਕੇ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਕਿਸ ਦੇ ਨਾਲ ਕੋਲੈਬੋਰੇਟ ਕਰਨਾ ਚਾਹੁੰਦੇ ਹੋ ਇਹ ਬੜਾ ਤੁਸੀਂ ਔਖਾ ਮੈਨੂੰ ਕੁਐਸਚਨ ਪੁੱਛ ਲਿਆ ਮੈਂ ਬੇਸਿਕਲੀ ਮੈਨੂੰ ਇਦਾਂ ਕਿ ਮੈਂ ਸਾਰਿਆਂ ਨਾਲ ਕੰਮ ਕਰਾਂ ਕਿ ਹਰ ਇੱਕ ਤੁਹਾਨੂੰ ਪਤਾ ਜੀ ਆਰਟਿਸਟ ਦਾ ਸਟਾਈਲ ਵੀ ਵੱਖਰਾ ਹਰ ਆਰਟਿਸਟ ਦਾ ਸੋ ਇੱਕ ਬੜਾ ਮੈਨੂੰ ਉਹ ਹੈਗਾ ਕਿ ਅੱਗੇ ਅੱਗੇ ਮੈਂ ਸਾਰਿਆਂ ਨਾਲ ਕੰਮ ਕਰਾਂ ਜਾ ਕੇ ਕਿ ਕੋਈ ਇੱਦਾਂ ਨਹੀਂ ਗਾ ਕਿ ਪਰਟੀਕੂਲਰ ਮੈਂ ਇਹਨਾਂ ਨਾਲ ਕਰਾਂ ਮਤਲਬ ਮੈਨੂੰ ਇੱਦਾਂ ਕਿ ਸਾਰਿਆਂ ਦਾ ਇੱਕ ਸਟਾਈਲ ਵੱਖਰਾ ਸੋ ਉਹਨਾਂ ਤੋਂ ਕੁਛ ਸਿੱਖਣ ਨੂੰ ਵੀ ਮਿਲੂਗਾ
ਹਰ ਬੰਦੇ ਤੋਂ ਤੁਹਾਨੂੰ ਪਤਾ ਜੀ ਕੁਛ ਨਾ ਕੁਛ ਆਪਾਂ ਅਚੀਵ ਕਰਦੇ ਹਾਂ, ਕੁਛ ਸਿੱਖ ਕੇ ਆਉਂਦੇ ਹਾਂ, ਸੋ ਮੈਨੂੰ ਇੱਦਾਂ ਕਿ ਸਾਰਿਆਂ ਨਾਲ ਕੰਮ ਕਰਾਂ। ਹਾਂਜੀ, ਤੁਸੀਂ ਕਿਹਾ ਵੈਬ ਸੀਰੀਜ਼ ਦੇਖਦੇ ਹੋ, ਮੂਵੀਜ਼ ਦੇਖਦੇ ਹੋ, ਤੇ ਇਹਨਾਂ ਨੂੰ ਡਾਇਰੈਕਟ ਕਰਨ ਦਾ ਦਿਮਾਗ ਦੇ ਵਿੱਚ ਨਹੀਂ ਆਇਆ? ਮੈਂ ਤੁਹਾਨੂੰ ਆਲਰੇਡੀ ਦੱਸਿਆ ਮੇਰਾ ਜਿਵੇਂ ਮੈਂ ਹੁਣ ਮਿਊਜ਼ਿਕ ਵੀਡੀਓਜ਼ ਕਰ ਰਿਹਾ ਨਾ ਜੀ, ਮੈਨੂੰ ਐਂ ਪਹਿਲਾਂ ਮੈਂ ਮਿਊਜ਼ਿਕ ਵੀਡੀਓਜ਼ 'ਤੇ ਆਪਦਾ ਧਿਆਨ ਦੇਵਾਂ। ਜੇ ਰੱਬ ਨੇ ਚਾਹਿਆ ਜ਼ਰੂਰ ਇੱਕ ਦਿਨ ਵੈਬ ਸੀਰੀਜ਼ ਡਾਇਰੈਕਟ ਕਰ ਹੀ ਲਵਾਂਗਾ, ਇੱਕ ਏਮ ਹੁੰਦਾ ਆਪਣਾ। ਬਿਲਕੁਲ ਹੈਗੇ ਜੀ, ਬਿਲਕੁਲ ਟੋਟਲੀ ਹੈਗਾ, ਮੈਂ ਐਗਰੀ ਕਰਦਾ। ਬਟ ਪਹਿਲਾਂ ਮੈਨੂੰ ਏਦਾਂ ਕਿ ਮੈਂ ਮਿਊਜ਼ਿਕ ਵੀਡੀਓਜ਼ ਤੇ ਧਿਆਨ ਦੇਵਾਂ, ਜਿਵੇਂ ਮੇਰਾ ਸਟਾਰਟਅਪ ਹੈ, ਬਹੁਤ ਇਹਦੇ 'ਤੇ ਮਿਹਨਤ ਕਰਕੇ ਪਹਿਲਾਂ ਅੱਗੇ ਅੱਗੇ ਆਪਦੇ ਹੋਰ ਸਟੈਪ ਕ੍ਰੀਏਟ ਕਰਾਂ, ਫਿਰ ਉਦੋਂ ਬਾਅਦ ਮੇਰਾ ਜਿਹੜਾ ਫਾਈਨਲ ਮੈਂ ਤੁਹਾਨੂੰ ਦੱਸਿਆ ਡੈਸਟੀਨੇਸ਼ਨ ਇਹੀ ਹੈ ਕਿ ਮੈਂ ਇੱਕ ਨਾ ਇੱਕ ਦਿਨ ਵੈਬ ਸੀਰੀਜ਼ ਜ਼ਰੂਰ ਡਾਇਰੈਕਟ ਕਰਾਂ। ਬਟ ਉਦੋਂ ਪਹਿਲਾਂ ਹਜੇ ਮੈਨੂੰ ਲੱਗਦਾ ਕਿ ਰਾਹ ਲੰਬਾ ਹੈ। ਜਗਦੀਪ ਸਿੱਧੂ ਹੋ ਗਏ, ਅਰਵਿੰਦਰ ਖਹਿਰਾ ਹੋ ਗਏ, ਹਰ ਇੱਕ ਦੀ ਇੱਕ ਪਹਿਚਾਣ ਬਣੀ ਹੋਈ ਹੈ। ਤੁਸੀਂ ਕਿਸ ਨੂੰ ਮਤਲਬ ਇੱਕ ਦੇਖਦੇ ਹੋ ਕਿ ਹਾਂ ਇਹਨਾਂ ਦਾ ਜਿਹੜਾ ਕੰਮ ਹੈ ਉਹ ਬਹੁਤ ਵਧੀਆ? ਜੇ ਮੈਂ ਸਿਰਫ ਪਰਟੀਕੂਲਰ ਪੰਜਾਬੀ ਇੰਡਸਟਰੀ ਦੀ ਹੀ ਗੱਲ ਕਰਾਂ, ਫਸਟ ਆਫ ਆਲ ਤਾਂ ਜੀ ਜਿੰਨੇ ਵੀ ਹੈ ਸਾਰੇ ਵਧੀਆ ਕਰ ਰਹੇ ਆਪਣੀ ਜਗ੍ਹਾ ਤੇ, ਆਪਾਂ ਦੇਖਦੇ ਉਹਨਾਂ ਦੇ ਸਾਰਿਆਂ ਦਾ ਐਪਰੀਸ਼ੀਏਟ ਵੀ ਹੁੰਦਾ ਕੰਮ। ਜਿਵੇਂ ਤੁਸੀਂ ਹੁਣ ਖਹਿਰਾ ਭਾਅ ਜੀ ਦਾ ਨਾਮ ਲਿਆ, ਖਹਿਰਾ ਭਾਅ ਜੀ ਓਬਵੀਅਸਲੀ ਗੱਲ ਹੈ ਜੀ, ਖਹਿਰਾ ਭਾਅ ਜੀ ਦਾ ਤਾਂ ਫਿਰ ਅੱਜ ਦੀ ਡੇਟ 'ਚ ਆਪਾਂ ਕਹੀਏ, ਮੈਨੂੰ ਲੱਗਦਾ ਭਾਅ ਜੀ ਦਾ ਐਕਸਪੀਰੀਅੰਸ ਹੀ ਇੰਨਾ ਖੋਇਆ ਹੋਇਆ ਕਿ ਉਹ ਵੀਡੀਓਜ਼ 'ਚ ਬੋਲਦਾ ਐਕਸਪੀਰੀਅੰਸ। ਸੋ ਸਾਰੇ ਹੀ ਆਪਦੀ ਜਗ੍ਹਾ 'ਤੇ ਬਹੁਤ ਵਧੀਆ ਕਰ ਰਹੇ ਜੀ। ਤੇ ਤੁਸੀਂ ਕਿਹਾ ਕਿ ਹਾਂ ਬਈ ਸਾਰੇ ਵਧੀਆ ਕਰਦੇ ਪਏ ਹੈ, ਅਰਵਿੰਦਰ ਖਹਿਰਾ ਦਾ ਕੰਮ ਵੀ ਜਿੱਦਾਂ ਮਤਲਬ ਹਾਂ ਵਧੀਆ ਹੋਇਆ ਪਿਆ, ਠੀਕ ਹੈ। ਤੇ ਪਰ ਇਸ ਦੇ ਵਿੱਚ ਹੀ ਨਾ ਆਪਾਂ ਇੱਕ ਮਤਲਬ ਇੱਕ ਕਹਿੰਦੇ ਆ ਕਿ ਇਹ ਲੈਵਲ ਨਾ ਆਪਾਂ ਕ੍ਰੋਸ ਕਰਨਾ, ਇੱਕ ਲੈਵਲ ਅਸੀਂ ਬਣਾਇਆ ਹੁੰਦਾ ਕਿ ਹਾਂ ਜੇ ਮੈਂ ਕੋਸ਼ਿਸ਼ ਕਰਾਂ ਤਾਂ ਸ਼ਾਇਦ ਇਹ ਲੈਵਲ ਪਾਰ ਹੋ ਜਾਏਗਾ। ਤੇ ਤੁਸੀਂ ਕਿਸ ਨੂੰ ਮਤਲਬ ਲੈਵਲ ਇੱਕ ਬਣਾਇਆ ਹੋਇਆ ਆਪਣੀ ਡਾਇਰੈਕਸ਼ਨ ਦੇ ਵਿੱਚ, ਪ੍ਰੋਫੈਸ਼ਨ ਦੇ ਵਿੱਚ, ਭਾਵੇਂ ਕੋਈ ਵੀ ਲੈਵਲ ਹੋਵੇ, ਹਾਲੀਵੁੱਡ ਦਾ, ਬਾਲੀਵੁੱਡ ਦਾ, ਕੋਈ ਵੀ ਹੋਵੇ? ਜੋ ਆਪਦਾ ਮੈਂ ਸੋਚਦਾ ਜੀ ਲੈਵਲ ਬਸ ਆਹੀ ਕ੍ਰੀਏਟ ਕਰਨਾ ਕਿ ਜੋ ਕੰਮ ਮੈਨੂੰ ਮਿਲ ਰਿਹਾ ਕਰ ਰਿਹਾ ਉਹ ਬੈਸਟ ਦੇਵਾਂ। ਕਿ ਲੈਵਲ ਦਾ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਉੱਥੇ ਜਾਣਾ, ਮੈਂ ਉੱਥੇ, ਮੈਂ ਤੁਹਾਨੂੰ ਬੜਾ ਫਰੈਂਕਲੀ ਦੱਸਾਂ, ਬਸ ਮੈਨੂੰ ਇਹ ਕਿ ਜੋ ਕੰਮ ਮੈਨੂੰ ਮਿਲ ਰਿਹਾ ਉਹਨੂੰ ਆਡੀਅੰਸ ਨੂੰ ਵੀ ਬਹੁਤ ਵਧੀਆ ਲੱਗੇ ਕਿ ਯਾਰ ਕਿਆ ਬਣਾ ਰਿਹਾ ਬੰਦਾ, ਹੈ ਨਾ। ਅਤੇ ਜਿਹੜੇ ਆਰਟਿਸਟ ਦੀ ਮੈਂ ਵੀਡੀਓ ਕਰ ਰਿਹਾ ਉਹਨਾਂ ਨੂੰ ਵੀ ਇਹ ਲੱਗੇ ਕਿ ਯਾਰ ਬਹੁਤ ਵਧੀਆ, ਕਿ ਉਹ ਖੁਸ਼ ਹੋਣ ਜਦੋਂ, ਬਸ ਇਹਦੇ 'ਚ ਹੀ ਮੇਰਾ ਲੈਵਲ ਹੈ ਜੀ। ਪਰ ਇੱਕ ਹੈ ਨਾ, ਇੱਕ ਬਹੁਤ ਹੀ ਹੁੰਦਾ ਕਿ ਐਕਟਰ ਨੂੰ ਤਾਂ ਪਤਾ ਚੱਲ ਜਾਂਦਾ ਉਹਦੀ ਐਕਟਿੰਗ ਕਦੋਂ ਵਧੀਆ, ਜਦੋਂ ਸਾਰੇ ਲੋਕ ਕਹਿੰਦੇ ਨੇ ਕਿ ਵਾਹ ਯਾਰ ਕਿਆ ਐਕਟਿੰਗ ਕੀਤੀ ਹੈ, ਕਿਆ ਡਾਇਲੋਗ ਬੋਲਿਆ ਹੈ ਨਾ। ਅਤੇ DOP ਦਾ ਪਤਾ ਲੱਗ ਜਾਂਦਾ ਯਾਰ ਕਿਆ ਸ਼ਾਰਟਸ ਲਿੱਤੇ ਨੇ, ਕੀ ਕੀਤਾ। ਅਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਤੁਹਾਨੂੰ ਸੈਟਿਸਫੈਕਸ਼ਨ ਹੁੰਦੀ ਹੈ, ਲੱਗਦਾ ਕਿ ਹਾਂ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਹੈ, ਜਦੋਂ ਉਹਨਾਂ ਨੂੰ ਇਹ ਪਰਟੀਕੂਲਰ ਚੀਜ਼ ਪਸੰਦ ਆ ਗਈ ਹੈ, ਸੋ ਤੁਹਾਡੇ ਲਈ ਉਹ ਚੀਜ਼ ਕਿਹੜੀ ਹੈ? ਜਦੋਂ ਵੀ ਇੱਦਾਂ ਦੀ ਮੈਨੂੰ ਕੋਈ ਵੀ ਜਦੋਂ ਐਪਰੀਸ਼ੀਏਸ਼ਨ ਹੁੰਦੀ ਹੈ ਜੀ, ਹੈ ਨਾ ਜੀ, ਫੋਰ ਐਗਜ਼ਾਮਪਲ ਜਦੋਂ ਵੀ ਆਪਣਾ ਕੰਮ ਵੀਡੀਓ ਇੱਕ ਆਊਟ ਹੋ ਜਾਂਦੀ ਹੈ, ਉਹਦੇ 'ਚ ਫਸਟ ਆਫ ਆਲ ਕਮੈਂਟਸ ਬੜੇ ਮੈਂ ਪੜ੍ਹਦਾ ਕਿ ਹੈ ਨਾ ਕਿ ਯਾਰ ਕੀ ਕਰ ਰਿਹਾ। ਜੇ ਕੋਈ ਕਹਿ ਰਿਹਾ ਕਿ ਆਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ, ਫਿਰ ਮੈਂ ਉਹ ਸੋਚਦਾ ਯਾਰ ਕੀ ਮੈਂ ਇੱਥੇ ਕੀ ਗਲਤੀ ਕੀਤੀ ਕਿ ਨੈਕਸਟ ਟਾਈਮ ਇਹਨੂੰ ਇੰਪਰੂਵ ਕਰਾਂ। ਸੋ ਕੁਛ ਮੇਰੇ ਯਾਰ ਦੋਸਤ ਜਿਹੜੇ ਹੈਗੇ ਆ ਉਹ ਇੱਦਾਂ ਦੇ ਆ ਕਿ ਉਹ ਮੈਨੂੰ ਬੜੀ ਉਹ ਇੱਕ ਸੱਚ ਦੱਸਦੇ ਆ ਗੱਲ ਕਿ ਆਹ ਵਧੀਆ ਆਹ ਨਹੀਂ ਵਧੀਆ, ਫਿਰ ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ, ਉਹਨਾਂ ਦਾ ਕੁਛ ਸਿਰ ਖਾਨਾ ਹੀ ਰਹਿੰਦਾ ਯਾਰ ਆਹ ਦੱਸੋ ਮੈਨੂੰ, ਆਹ ਦੱਸੋ। ਉਹ ਕਹਿੰਦੇ ਯਾਰ ਤੂੰ ਮਗਰ ਨਾ ਪਿਆ ਕਰ ਸਾਡੇ। ਸੋ ਹਜੇ ਆਪਾਂ ਐਪਰੀਸੀਏਸ਼ਨ ਦੀ ਗੱਲ ਕੀਤੀ ਕਿ ਹਾਂ ਜਦੋਂ ਤੁਹਾਨੂੰ ਕਮੈਂਟਸ ਪੜ੍ਹਦੇ ਹੋ, ਕਮੈਂਟਸ ਦੇ ਨਾਲ ਤੁਹਾਨੂੰ ਪਤਾ ਲੱਗਦਾ ਕਿ ਹਾਂ ਇਹ ਚੀਜ਼ ਤੁਹਾਡੀ ਸਹੀ ਹੈ, ਬਟ ਆਫਟਰ ਕਮਿੰਗ ਟੂ ਇਨ ਟੂ ਦਿਸ ਮਤਲਬ ਡਾਇਰੈਕਸ਼ਨ, ਤੁਹਾਡੀ ਲਾਈਫ ਕਿਸ ਤਰ੍ਹਾਂ ਚੇਂਜ ਹੋਈ ਹੈ, ਕੀ ਚੇਂਜਸ ਆਏ ਹੈਗੇ ਨੇ? ਕਿਉਂਕਿ ਪਹਿਲਾਂ ਤਾਂ ਹੋ ਜਾਂਦਾ ਕਿ ਚਲੋ ਕੋਈ ਨਾ ਕੋਈ ਨਾ, ਪਰ ਆਫਟਰ ਬੀਂਗ ਅ ਡਾਇਰੈਕਟਰ ਇੱਕ ਰਿਸਪੋਂਸਿਬਿਲਿਟੀ ਆ ਜਾਂਦੀ ਹੈ, ਪ੍ਰੈਸ਼ਰ ਵੀ ਆ ਜਾਂਦਾ ਹੈ, ਸੋ ਉਸ ਨੂੰ ਲੈ ਕੇ ਤੁਹਾਡੀ ਲਾਈਫ ਕਿਸ ਤਰ੍ਹਾਂ ਚੇਂਜ ਹੋਈ ਹੈ? ਲਾਈਫ 'ਚ ਕੁਛ ਚੇਂਜ ਇਸ ਤਰ੍ਹਾਂ ਰਿਸਪੋਂਸਿਬਿਲਿਟੀ ਆਈ ਹੈ ਜੀ ਕੰਮ ਦੇ ਪ੍ਰਤੀ। ਕੋਈ ਵੀ ਜੇ ਕੰਮ ਆਪਾਂ ਕਰ ਰਹੇ ਹਾਂ ਉਹਦੀ ਫਿਰ ਰਿਸਪੋਂਸੀਬਿਲਟੀ ਟੋਟਲੀ ਹੈ ਕਿ ਉਹ ਚੀਜ਼ ਉਹ ਜੋ ਉਹਨਾਂ ਨੇ ਦੱਸਿਆ ਜਾਂ ਸੋਚਿਆ ਉਹਨੂੰ ਇੱਕ ਮੁਕਾਮ 'ਤੇ ਲੈ ਕੇ ਜਾਣਾ, ਉਸ ਚੀਜ਼ ਨੂੰ ਪਹੁੰਚਣਾ। ਬੇਸਿਕਲੀ ਕੰਮ ਦੀ ਰਿਸਪੋਂਸੀਬਿਲਟੀ ਵੱਧ ਆਈ ਹੈ, ਬਾਕੀ ਸਾਰਾ ਉੱਦਾਂ ਹੀ ਚੱਲ ਰਿਹਾ। ਸੋ ਕੰਮ ਦੇ ਕਰਕੇ ਤੁਹਾਨੂੰ ਪਤਾ ਰਿਸਪੋਂਸੀਬਿਲਟੀ ਆਉਂਦੀ ਤਾਂ ਆਉਂਦੀ ਹੈ ਜੀ। ਤੁਸੀਂ ਜਿੱਦਾਂ ਕਿਹਾ ਨਾ ਕਿ ਵਹਿਮ ਗਾਣੇ ਦੇ ਵਿੱਚ ਤੁਹਾਨੂੰ ਕਹਿਤਾ ਕਿ ਚਲੋ ਅਸਿਸਟ ਕਰ ਰਹੇ ਸੀਗੇ, ਐਕਟਰ ਵੀ ਮਤਲਬ ਨਾਲ ਕਰ ਲਾ ਵਹਿਮ ਗਾਣੇ ਦੇ ਵਿੱਚ, ਅਤੇ ਸ਼ਹਿਰੀਮਾਨ ਦੇ ਜਿਹੜੇ ਗਾਣਾ ਸੀਗਾ ਦਿਲਵਾਲੇ, ਇਸ ਦੇ ਵਿੱਚ ਜਿਹੜਾ ਪੁਲਿਸ ਵਾਲੇ ਦਾ ਕਿਰਦਾਰ ਸੀਗਾ, ਤੁਸੀਂ ਨਹੀਂ ਸੋਚਿਆ ਕਿ ਤੁਸੀਂ ਕਰ ਲੈਂਦੇ ਹੋ? ਭਾਅ ਜੀ ਨੇ ਕਿਹਾ ਸੀ ਕਰਨ ਨੂੰ ਕੀ ਹੋਇਆ ਕਿ ਜਿਵੇਂ ਕੱਲ੍ਹ ਸ਼ੂਟ ਹੈ ਜੀ ਅਤੇ ਹਜੇ ਤੱਕ ਫਾਈਨਲ ਨਹੀਂ ਹੋਇਆ ਸੀਗਾ ਕਿ ਕੌਣ ਇਹ ਰੋਲ ਕਰੂਗਾ, ਅਤੇ ਭਾਅ ਜੀ ਦਾ ਫੋਨ ਆਇਆ ਯਾਰ ਫਾਈਨਲ ਹੋ ਗਿਆ,
ਮੈਂ ਕਿਹਾ ਭਾਜੀ ਕੋਈ ਨਹੀਂ ਮੈਂ ਸ਼ਾਮ ਤੱਕ ਫਾਈਨਲ ਹੋਊਗਾ ਆਪਾਂ ਸ਼ੂਟ ਕਰਾਂਗੇ ਡੈਫੀਨਿਟਲੀ ਕਰਾਂਗੇ ਕਹਿੰਦੇ ਤੂੰ ਕਰ ਲਾ ਅੱਛਾ ਮੈਂ ਕਿਹਾ ਭਾਜੀ ਮੈਂ ਨਹੀਂ ਕਰ ਸਕਦਾਗਾ ਕਿਉਂ ਕਹਿੰਦੇ ਕਿਉਂ ਤੂੰ ਕਿਉਂ ਨਹੀਂ ਕਰ ਸਕਦਾ ਅਤੇ ਮੈਂ ਕਿਹਾ ਜੀ ਉਹਦਾ ਕਾਰਨ ਇਹ ਹੈ ਇੱਕ ਤਾਂ ਡਾਇਰੈਕਸ਼ਨ 'ਚ ਉਨਾ ਧਿਆਨ ਨਹੀਂ ਰਹਿੰਦਾ ਗਾ ਕਿ ਜਦੋਂ ਆਪਾਂ ਦੋਵੇਂ ਸਾਈਡ ਦੋਵੇਂ ਪਾਸੇ ਜ਼ਿਆਦਾ ਬੈਸਟ ਨਹੀਂ ਦਿੱਤਾ ਜਾਂਦਾ ਅਤੇ ਫਰੈਂਕਲੀ ਕਹਾਂ ਮੈਂ ਭਾਜੀ ਮੈਨੂੰ ਇੰਨੀ ਐਕਟਿੰਗ ਆਉਂਦੀ ਵੀ ਨਹੀਂ ਅੱਛਾ ਸੋ ਮੈਂ ਕਿਹਾ ਭਾਜੀ ਨਾਲੇ ਮੈਂ ਡਾਇਰੈਕਸ਼ਨ ਹੀ ਕਰਨਾ ਚਾਹੁੰਦਾ ਕਿ ਮੇਰਾ ਸ਼ੌਂਕ ਹੈ ਮੇਰਾ ਕੰਮ ਹੈ ਸੋ ਮੈਂ ਜੇ ਹੁਣ ਉਹਦੇ 'ਚ ਹੀ ਪ੍ਰੂਵ ਕਰਨਾ ਚਾਹੁੰਦਾ ਸੋ ਫਿਰ ਨਾਲ ਦੀ ਨਾਲ ਉਹਦੇ 'ਚ ਫਿਰ ਅਰਸ਼ੁੰਦਲ ਵੀਰਾ ਜੀ ਜੋ ਆਏ ਨੇ ਫਿਰ ਭਾਜੀ ਨੂੰ ਆਪਾਂ ਨਾਲ ਦੀ ਨਾਲ ਕਾਸਟ ਕੀਤਾ ਅਤੇ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਨਾ ਇਸਦੇ ਵਿੱਚ ਇੱਕ ਗੱਲ ਕੀਤੀ ਜਿਵੇਂ ਕਿ ਤੁਹਾਨੂੰ ਟਵਿਸਟ ਦਾ ਜਿਹੜਾ ਆਈਡੀਆ ਸੀਗਾ ਉਹ ਦਿੱਤਾ ਸੀਗਾ ਸ਼੍ਰੀਮਾਨ ਜੀ ਨੇ ਤੇ ਇਹ ਤਾਂ ਚਲੋ ਇਹ ਸੀਗਾ ਕਿ ਤੁਹਾਡਾ ਇਹਨਾਂ ਦੇ ਨਾਲ ਇੱਕ ਬੌਂਡ ਬਣਿਆ ਹੋਇਆ ਅਸੀਂ ਬਹੁਤ ਦੇਰ ਤੋਂ ਕੰਮ ਕਰ ਰਹੇ ਹਾਂ ਅਤੇ ਅਲਾਊਡ ਮਤਲਬ ਠੀਕ ਹੈ ਇੱਕ ਦੂਜੇ ਨੂੰ ਅਸੀਂ ਸਲਾਹ ਵਗੈਰਾ ਦੇ ਦਿੰਦੇ ਹਾਂ ਬਟ ਇਨ ਫਿਊਚਰ ਤੁਸੀਂ ਹੋਰ ਆਰਟਿਸਟ ਦੇ ਨਾਲ ਕੰਮ ਕਰਦੇ ਹੋ ਇਫ ਉਹ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਆਈਡੀਆ ਦਿੰਦੇ ਨੇ ਜਾਂ ਫਿਰ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਕੋਈ ਇੰਟਰਫੇਰੈਂਸ ਹੁੰਦੀ ਹੈ ਸੋ ਤੁਸੀਂ ਇਹ ਐਕਸੈਪਟ ਕਰ ਸਕਦੇ ਹੋ ਅੱਗੇ ਜਾ ਕੇ ਨਹੀਂ ਡਾਇਰੈਕਸ਼ਨ 'ਚ ਇੰਟਰਫੇਅਰ ਨਹੀਂ ਕਰਦਾ ਜੀ ਕੋਈ ਨਾ ਭਾਜੀ ਕਰਦੇ ਕੋਈ ਵੀ ਨਹੀਂ ਕਰਦਾ ਗਾ ਜਦੋਂ ਆਪਾਂ ਕੋਨਸੈਪਟ ਇੱਕ ਉਹਨਾਂ ਨੂੰ ਸੁਣਾਉਂਦੇ ਹਾਂ ਜਾਂ ਕੋਈ ਵੀ ਆਈਡੀਆ ਦਿੰਦੇ ਹਾਂ ਕੁਛ ਵਾਰ ਕੀ ਹੁੰਦਾ ਜੀ ਉਹਨਾਂ ਦਾ ਐਕਸਪੀਰੀਅੰਸ ਜਾਂ ਉਹਨਾਂ ਦੀ ਵੀ ਬੇਸਿਕਲੀ ਆਰਟਿਸਟ ਤੁਹਾਨੂੰ ਪਤਾ ਹੈ ਕ੍ਰੀਏਟੀਵਿਟੀ ਹੈ ਇਹ ਸੋ ਆਰਟਿਸਟ ਆਪਦੇ ਆਪ 'ਚ ਇੱਕ ਕ੍ਰੀਏਟੀਵਿਟੀ ਹੈ ਨਾ ਜੀ ਸੋ ਜੇ ਕੋਈ ਆਈਡੀਆ ਦਿੰਦਾ ਹੈ ਮੈਨੂੰ ਲੱਗਦਾ ਕਿ ਯਾਰ ਹਾਂ ਵਧੀਆ ਸੋ ਉਹ ਕੋਨਸੈਪਟ ਵੇਲੇ ਉਹ ਸਕਰੀਨ ਪਲੇ ਵੇਲੇ ਲਿਖਣ ਵੇਲੇ ਉਹ ਚੀਜ਼ ਜੇ ਐਡ ਆਨ ਹੁੰਦੀ ਹੈ ਕੋਈ ਮਤਲਬ ਉਹ ਵਧੀਆ ਹੀ ਹੈ ਜੇ ਆਪਾਂ ਨੂੰ ਐਂ ਲੱਗ ਰਿਹਾ ਕਿ ਹਾਂ ਯਾਰ ਆਹ ਮੱਚ ਬੈਟਰ ਹੈ ਸੋ ਕੋਈ ਡਾਇਰੈਕਸ਼ਨ 'ਚ ਨਹੀਂ ਇੰਟਰਫੇਰੈਂਸ ਕੋਈ ਵੀ ਕਰਦਾ ਗਾ ਸੋ ਕੋਨਸੈਪਟ ਵੇਲੇ ਮੈਨੂੰ ਐਂ ਹੁੰਦਾ ਕਿ ਠੀਕ ਹੈ ਜੇ ਮੈਂ ਕਿਸੇ ਨੂੰ ਸੁਣਾ ਰਿਹਾ ਜੇ ਉੱਥੇ ਭਾਜੀ ਕਹਿ ਰਹੇ ਯਾਰ ਇਹਨੂੰ ਥੋੜ੍ਹਾ ਚੇਂਜ ਕਰ ਓਬਵੀਅਸਲੀ ਭਾਜੀ ਨੂੰ ਇੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ ਫਿਰ ਭਾਜੀ ਦੀ ਸੁਣਨੀ ਵੀ ਪਊਗੀ ਸੋ ਕਰਨਾ ਪੈਂਦਾ ਜੀ ਚਲੋ ਠੀਕ ਹੈ ਪਰ ਅੱਗੇ ਜਾ ਕੇ ਮੈਂ ਉਹੀ ਪੁੱਛਿਆ ਸੀ ਕਿ ਅਗਰ ਕੋਈ ਹੋਰ ਆਰਟਿਸਟ ਕਹਿੰਦਾ ਹੈ ਕਿ ਇੱਦਾਂ ਕਰ ਲਓ ਇੱਦਾਂ ਕਰ ਲਓ ਤਾਂ ਮੈਂ ਕਿਹਾ ਸੀਗਾ ਕਿ ਸ਼੍ਰੀਮਾਨ ਜੀ ਤਾਂ ਚਲੋ ਆਫਕੋਰਸ ਤੁਹਾਡਾ ਇੱਕ ਬੌਂਡ ਹੈਗਾ ਅਤੇ ਇਹ ਆਪਾਂ ਕਰ ਸਕਦੇ ਹਾਂ ਅਲਾਊਡ ਹੁੰਦਾ ਹੈ ਕਿ ਹਾਂ ਤੁਸੀਂ ਜੋ ਕਹੋਗੇ ਤੁਸੀਂ ਐਕਸਪੀਰੀਅੰਸ ਹੈਗੇ ਹੋ ਤੁਸੀਂ ਕਹਿ ਸਕਦੇ ਹੋ ਬਟ ਇਨ ਫਿਊਚਰ ਕੋਈ ਇੱਦਾਂ ਹੁੰਦਾ ਨਾ ਕਿ ਨਿਊਬੀ ਆਰਟਿਸਟ ਵੀ ਹੁੰਦਾ ਉਹ ਕਹਿੰਦਾ ਕਿ ਨਹੀਂ ਤੁਸੀਂ ਇੱਦਾਂ ਕਰ ਲਓ ਇੱਦਾਂ ਕਰ ਲਓ ਫਿਰ ਉਹ ਤੁਹਾਨੂੰ ਦੱਸੇ ਤਾਂ ਤੁਸੀਂ ਉਹ ਐਕਸੈਪਟ ਕਰ ਸਕਦੇ ਹੋ ਮੈਂ ਇਹ ਮਤਲਬ ਇਸ ਤਰ੍ਹਾਂ ਦਾ ਸੀ ਕੋਨਸੈਪਟ ਵਾਈਜ਼ ਜੇ ਗੱਲ ਕਰੀਏ ਜੀ ਬੈਠ ਕੇ ਕੁਛ ਚੀਜ਼ਾਂ ਆਪਾਂ ਕੁਛ ਵਾਰ ਐਡ ਆਨ ਹੋ ਜਾਂਦੀਆਂ ਕੁਛ ਚੀਜ਼ਾਂ ਆਪਾਂ ਉਹਨਾਂ ਨੂੰ ਜਦੋਂ ਕੁਛ ਵਾਰ ਸਮਝਾ ਦਿੰਦੇ ਕਿ ਨਹੀਂ ਭਾਜੀ ਆਹ ਜ਼ਿਆਦਾ ਬੈਟਰ ਹੈ ਕਿ ਜਿਹੜੀ ਚੀਜ਼ ਆ ਫਿਰ ਉਹ ਮੰਨ ਜਾਂਦੇ ਹਨ ਉਹ ਕੋਨਸੈਪਟ ਦੇ ਟਾਈਮ ਕੁਛ ਚੀਜ਼ਾਂ ਐਡ ਆਨ ਹੋ ਵੀ ਸਕਦੀਆਂ ਨਹੀਂ ਵੀ ਹੋ ਸਕਦੀਆਂ ਗੀਆਂ ਜਦੋਂ ਆਪਾਂ ਗੱਲ ਕਰੀਏ ਡਾਇਰੈਕਸ਼ਨ 'ਚ ਮੈਨੂੰ ਨਹੀਂ ਲੱਗਦਾ ਜੀ ਡਾਇਰੈਕਸ਼ਨ 'ਚ ਕੋਈ ਇੰਟਰਫੇਅਰ ਕਰਦਾ ਹੈਗਾ ਕਿਉਂਕਿ ਉਹਨਾਂ ਨੇ ਓਬਵੀਅਸਲੀ ਆਪਦਾ ਐਜੈਕਟ ਕਰਨਾ ਬੈਸਟ ਦੇਣਾ ਡਾਇਰੈਕਟਰ ਨੇ ਆਪਦਾ ਕੰਮ ਕਰਨਾ ਸੋ ਸਾਰਿਆਂ ਦੀ ਉੱਥੇ ਆਪਦੀ ਜੋਬ ਹੈ ਡਾਇਰੈਕਸ਼ਨ ਵੇਲੇ ਕੋਈ ਨਹੀਂ ਇੰਟਰਫੇਅਰ ਕਰਦਾ ਹੈਗਾ ਜੀ ਚਲੋ ਵਧੀਆ ਤੁਸੀਂ ਕਿਸ ਤਰ੍ਹਾਂ ਦੇ ਡਾਇਰੈਕਟਰ ਹੈਗੇ ਹੋ ਕਿਉਂਕਿ ਇੱਕ ਤਾਂ ਹੁੰਦਾ ਕਿ ਜੋ ਪ੍ਰੈਸ਼ਰ ਦੇ ਵਿੱਚ ਕੰਮ ਕਰ ਲੈਂਦੇ ਨੇ ਕਿ 2 ਦਿਨ ਤਾਂ ਮਤਲਬ 2 ਦਿਨ ਹੀ ਕਈ ਹੁੰਦੇ ਨੇ ਕਿ ਯਾਰ ਥੋੜ੍ਹਾ ਟਾਈਮ ਦਿਓ ਸੋਚਣ ਦਿਓ ਮੈਂ ਇਹਨੂੰ ਚੰਗੀ ਤਰ੍ਹਾਂ ਹੀ ਕਰਾਂਗਾ ਸੋ ਤੁਸੀਂ ਕਿਸ ਤਰ੍ਹਾਂ ਦੇ ਡਾਇਰੈਕਟਰ ਹੈਗੇ ਹੋ ਜੋ ਮੇਰਾ ਹੁਣ ਤੱਕ ਐਕਸਪੀਰੀਅੰਸ ਰਿਹਾ ਉਹਦੇ ਲਈ ਅਸੀਂ ਪ੍ਰੋਪਰ ਇੱਕ ਹੋਮਵਰਕ ਕਰਕੇ ਜੀ ਹੈ ਨਾ ਆਲਰੇਡੀ ਆਪਣਾ ਜੇ 10 ਦਿਨ ਪਹਿਲਾਂ ਸਾਡੀ ਗੱਲ ਹੋਈ ਵੀ ਹੈ ਕਿ ਆਪਾਂ ਸ਼ੂਟ ਕਰਾਂਗੇ 10 ਦਿਨ ਬਾਅਦ ਦਾ ਕਹਿਤਾ ਹੁਣ ਤੱਕ ਮੇਰਾ ਜੋ ਐਕਸਪੀਰੀਅੰਸ ਹੁਣ ਤੱਕ ਮੈਂ ਬੜੇ ਆਰਾਮ ਨਾਲ ਪਹਿਲਾਂ ਸਾਰਾ ਹੋਮਵਰਕ ਕਰਕੇ ਆਪਦਾ ਟੋਟਲੀ ਰੇਕੀ ਕਰਕੇ DOP ਨਾਲ ਸਾਰਾ ਬੈਠ ਕੇ ਟੋਟਲੀ ਹੁਣ ਤੱਕ ਮੈਂ ਇੱਦਾਂ ਕੰਮ ਕੀਤਾ ਬਾਕੀ ਅੱਗੇ ਅੱਗੇ ਦੇਖਦੇ ਹਾਂ ਜੀ ਕਿਵੇਂ ਕਿਵੇਂ ਐਕਸਪੀਰੀਅੰਸ ਮੈਨੂੰ ਮਿਲਦੇ ਬਟ ਮੈਂ ਹਮੇਸ਼ਾ ਇਹ ਚਾਹੂੰਗਾ ਕਿ ਮੈਨੂੰ ਵੀਡੀਓ ਤੋਂ ਪਹਿਲਾਂ ਕੁਛ ਟਾਈਮ ਮਿਲੇ ਜੀ ਕਿ ਉਹਨੂੰ ਵੱਧ ਪੋਲਿਸ਼ ਕਰਨ ਲਈ ਹਰ ਚੀਜ਼ ਨੂੰ ਸੋ ਮੈਨੂੰ ਐਂ ਲੱਗਦਾ ਕਿ ਹਮੇਸ਼ਾ ਮੈਨੂੰ ਥੋੜ੍ਹਾ ਟਾਈਮ ਮਿਲਣਾ ਚਾਹੀਦਾ ਸੋ ਹਜੇ ਤਾਂ ਤੁਹਾਡਾ ਮਤਲਬ ਸ਼ੁਰੂਆਤ ਹੈਗੀ ਹੈ ਅਤੇ ਅੱਗੇ ਬਹੁਤ ਅੱਗੇ ਕੰਮ ਕਰਨਾ ਹੈ ਸੋ ਇਸ ਦੇ ਨਾਲ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਕੰਮ ਕਰਕੇ ਸੋਰੀ ਗੱਲ ਕਰਕੇ ਤੁਹਾਡੇ ਨਾਲ ਸੋ ਕੰਮ ਵੀ ਅਤੇ ਕੰਮ ਵੀ ਕਰਾਂਗੇ ਮੈਂ ਵੀ ਬੋਲ ਰਹੀ ਹਾਂ ਕੰਮ ਵੀ ਕਰਾਂਗੇ ਬਟ ਯਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਆਈ ਹੋਪ ਕਿ ਤੁਸੀਂ ਵਧੀਆ ਵਧੀਆ ਪ੍ਰੋਜੈਕਟਸ ਅੱਗੇ ਲੈ ਕੇ ਆਓ ਐਂਡ ਆਈ ਹੋਪ ਤੁਸੀਂ ਵੈਬ ਸੀਰੀਜ਼ ਵੀ ਡਾਇਰੈਕਟ ਕਰੋ ਅਤੇ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਹੈ ਨਾ ਤੁਸੀਂ ਮੈਨੂੰ ਬੁਲਾਇਆ ਮੈਂ ਬੜਾ ਨਰਵਸ ਸੀਗਾ ਮੈਂ ਆਲਰੇਡੀ ਹੈ ਨਾ ਕਾਲ 'ਤੇ ਵੀ ਕਿਹਾ ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਮੈਂ ਥੋੜ੍ਹਾ ਇੰਟਰੋਵਰਟ ਹੈ ਅੱਛਾ ਕਿ ਮੈਨੂੰ ਕੀ ਆਨਸਰ ਦੇਣਾ ਕੀ ਨਹੀਂ ਦੇਣਾ ਅਤੇ ਪਹਿਲਾਂ ਸਾਰਿਆਂ ਦਾ ਤੁਹਾਡਾ ਥੈਂਕ ਯੂ ਅਤੇ ਉਦੋਂ ਬਾਅਦ ਦਿਲ ਵਾਲੇ ਦੀ ਜਿਹੜੀ ਟੀਮ ਦਾ ਸਾਰਿਆਂ ਦਾ ਉਹ DOP ਅਰੁਣਦੀਪ ਤੇਜੀ ਐਡੀਟਰ ਗੋਬਿੰਦ ਪੁਰੀਆ ਹੋ ਗਿਆ ਜੀ ਓਂਕਾਰ ਕਲਰਿਸ ਸਾਡਾ ਭਰਾ ਸੋ ਜਿੰਨੀ ਟੋਟਲੀ ਟੀਮ ਸੀ ਸਾਰਿਆਂ ਦਾ ਅਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਬੁਲਾਇਆ ਥੈਂਕ ਯੂ ਸੋ ਮੱਚ ਅਤੇ ਇਸ ਦੇ ਨਾਲ ਹੀ ਅਸੀਂ ਗੱਲ ਕੀਤੀ ਹੈ ਜ਼ੋਰਾਵਰ ਬਰਾੜ ਦੇ ਨਾਲ ਪਰ ਤੁਸੀਂ ਦੇਖਦੇ ਰਹੋ ਸੀਨ ਅਨਸੀਨ